ए प्रोग्राम प्राइम एशिया टीवी दी प्रॉपर्टी है। इस दे कंटेंट नू ऑडियो या फिर वीडियो रूप विच चोरी करके यूट्यूब फेसबुक या होर किसे माध्यम राही वर्तना कॉपीराइट कानून दी उलंघना है। अजिहा करन ते कानूनी कार्रवाई कीती जावेगी। प्राइम एशिया टैलीविज़न वेख रहे समुचे दर्शकों नूं दविंदर सिंह बैनीपाल वालों प्यार अते अदब सहित सत श्री अकाल। प्राइम टाइम विद बैनीपाल विच तुहाडा सभनां दा हार्दिक स्वागत है। दोस्तों, बीते कुछ क दिनों तो जदों दा जुलाई महीना चढ़िया है, असी कैनेडा दा जन्मदिन बड़े जोशो खरोश दे नाल मनाउंदे आ रहे हाँ। उम्मीद है कि तुसीं भी उन्हां जशनां दे विच किते ना किते जरूर शामिल होए होवोगे, पर जेकर वेला खुंझ गया सी तां तुहाडे वास्ते इक होर मौका बनन जा रहा है। ਇਹ ਮੌਕਾ ਕਦੋਂ ਅਤੇ ਕਿੱਥੇ ਬਣਨ ਜਾ ਰਿਹਾ ਹੈ, ਇਸ ਦੇ ਮੁਤਲਕ ਅਸੀਂ ਅੱਜ ਇੱਕ ਖਾਸ ਮਹਿਮਾਨ ਸਾਡੇ ਸਟੂਡੀਓ ਦੇ ਵਿੱਚ ਸੱਦੇ ਨੇ। ਉਹ ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ ਨੇ, ਪੰਜਾਬੀ ਵਾਸਤੇ ਪੰਜਾਬੀਅਤ ਦੇ ਵਾਸਤੇ ਬਹੁਤ ਲੰਬੇ ਸਮੇਂ ਤੋਂ ਜੱਦੋ ਜਹਿਦ ਕਰਦੇ ਆ ਰਹੇ ਨੇ ਅਤੇ ਉਹਨਾਂ ਨੇ ਕਈ ਇਸ ਤਰ੍ਹਾਂ ਦੇ ਵੀ ਹੱਲੇ ਮਾਰੇ ਕਿ ਪੰਜਾਬੀ ਨੂੰ ਬਣਦਾ ਸਥਾਨ ਦਿਵਾਉਣ ਦੇ ਵਾਸਤੇ ਉਹ ਅੱਜ ਵੀ ਟਿਕ ਕੇ ਬੈਠਣ ਦਾ ਨਾਮ ਨਹੀਂ ਲੈ ਰਹੇ। ਉਹ ਪੰਜਾਬੀ ਦਾ ਅਸਲ ਅਤੇ ਸ਼ੇਰ ਪੁੱਤਰ ਹੈ ਬਲਵੰਤ ਸੰਘੇੜਾ। ਉਹ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਸ਼ਾਮਿਲ ਨੇ। ਆਪ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰੀਏ ਅਤੇ ਫਿਰ ਕੈਨੇਡਾ ਦਾ ਜਨਮਦਿਨ ਕਦੋਂ, ਕਿੱਥੇ ਅਤੇ ਕਿਵੇਂ ਮਨਾਉਣ ਜਾ ਰਹੇ ਨੇ, ਇਹ ਸਾਰੀਆਂ ਗੱਲਾਂ ਪ੍ਰੋਗਰਾਮ ਦੇ ਵਿੱਚ ਹੋਣਗੀਆਂ। ਸੰਘੇੜਾ ਸਾਹਿਬ ਜੀ ਆਨੁਜ ਹਾਂਜੀ ਬੈਨੀਪਾਲ ਜੀ, ਤੁਹਾਡਾ ਅਤੇ ਪ੍ਰਾਈਮ ਏਸ਼ੀਆ ਦਾ ਬਹੁਤ ਧੰਨਵਾਦ ਜਿਹੜਾ ਮੈਨੂੰ ਮੌਕਾ ਦਿੱਤਾ ਆਪਣੇ ਸਰੋਤਿਆਂ ਨਾਲ ਸਾਂਝ ਪਾਉਣ ਦਾ। ਸੰਘੇੜਾ ਸਾਹਿਬ, ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਕਿ ਕੈਨੇਡਾ ਦਾ ਆਪਾਂ 150 ਸਾਲਾ ਜਨਮਦਿਨ ਮਨਾ ਰਹੇ ਹਾਂ, ਹਾਂਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਸ ਜਨਮਦਿਨ ਦੀਆਂ ਮੁਬਾਰਕਾਂ ਜੀ। ਥੈਂਕ ਯੂ ਜੀ, ਤੁਹਾਨੂੰ ਵੀ ਸਰ। ਬਿਲਕੁਲ, ਸੋ ਮੈਂ ਇੱਕ ਤੁਹਾਡੇ ਤੋਂ ਉਚੇਚੇ ਤੌਰ 'ਤੇ ਗੱਲ ਜਾਣਨੀ ਚਾਹੁੰਦਾ, ਆਪਾਂ ਕੈਨੇਡਾ ਦੇ ਇਤਿਹਾਸ ਬਾਰੇ, ਹਾਂਜੀ, ਇੱਥੇ ਇੰਡੀਅਨ ਲੋਕ ਕਦੋਂ ਕਾਏ, ਉਹ ਸਾਰੀਆਂ ਗੱਲਾਂ ਬਾਤਾਂ ਖੁੱਲ੍ਹ ਖੁਲਾ ਕੇ ਅੱਜ ਕਰਨੀਆਂ ਨੇ, ਪਰ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ, ਤੁਸੀਂ ਅਧਿਆਪਨ ਦੇ ਖਿੱਤੇ ਦੇ ਨਾਲ ਲੰਬਾ ਸਮਾਂ ਵਿਚਰਦ ਰਹੇ, ਇੱਕ ਅਧਿਆਪਕ ਵਜੋਂ ਸੇਵਾਵਾਂ ਦਿੱਤੀਆਂ, ਹਾਂਜੀ, ਮੈਨੂੰ ਇਹ ਦੱਸਿਓ, ਬਹੁਤ ਸਾਰੇ ਲੋਕ ਇਹ ਸਮਝਦੇ ਨੇ ਕਿ ਕੈਨੇਡਾ ਸਿਰਫ 150 ਸਾਲ ਪੁਰਾਣਾ ਹੀ ਮੁਲਕ ਹੈ, ਕਿਉਂਕਿ ਅਸੀਂ 150 ਸਾਲਾਂ ਮਨਾ ਰਹੇ ਹਾਂ, ਹਾਂਜੀ, ਥੋੜ੍ਹਾ ਜਿਹਾ ਇਹਦੇ ਇਤਿਹਾਸ ਬਾਰੇ ਦੱਸੋ। ਹਾਂਜੀ, ਇਹਦਾ ਫਰਕ ਇਹ ਹੈ ਕਿ ਜਿਹੜਾ 150 ਸਾਲ ਅਸੀਂ ਮਨਾ ਰਹੇ ਹਾਂ ਉਹ ਕਨਫੈਡਰੇਸ਼ਨ ਬਣੀ ਜਦੋਂ, ਜੀ, ਕਨਫੈਡਰੇਸ਼ਨ ਆਫ ਕੈਨੇਡਾ, ਜੀ, ਜਿਸ ਵੇਲੇ ਚਾਰ ਸੂਬੇ ਇਕੱਠੇ ਹੋਏ ਜੁਲਾਈ 1867 ਵਿੱਚ, ਜੀ, ਅਤੇ ਉਹ ਚਾਰ ਸੂਬੇ, ਉਹਦੇ ਬਾਰੇ ਆਪਾਂ ਫਿਰ ਗੱਲ ਕਰਾਂਗੇ, ਲੇਕਿਨ ਪਹਿਲਾਂ ਆਪਾਂ ਹਿਸਟਰੀ ਥੋੜ੍ਹੀ ਜਿਹੀ ਦੇਖੀਏ, ਜੀ, ਕਿਉਂਕਿ ਜਿਹੜਾ ਬੈਰਿੰਗ ਸੀ ਆ ਨਾ, ਜਿਹੜਾ ਏਸ਼ੀਆ ਤਾਂ ਯੂਰਪ ਨੂੰ, ਆਪਣੇ ਨੌਰਥ ਅਮੈਰੀਕਾ ਤੋਂ ਯੂਰਪ ਨੂੰ ਜੋੜਦਾ ਸਮੁੰਦਰ, ਉਦੋਂ ਜੰਮਿਆ ਸੀਗਾ। ਅੱਛਾ ਜੀ, ਬਹੁਤ ਹਜ਼ਾਰ ਸਾਲ, ਕਈ ਹਜ਼ਾਰ ਸਾਲ ਪਹਿਲਾਂ ਦੀ ਗੱਲ ਆ। ਅੱਛਾ, ਕਿਉਂਕਿ ਕੈਨੇਡਾ, ਜਿਹੜਾ ਕੈਨੇਡਾ, ਨੌਰਥ ਅਮੈਰੀਕਾ, ਇਹ ਸਾਰੇ ਉਦੋਂ ਦੇ ਹੀ ਆ, ਜਿੱਦਾਂ ਇੰਡੀਆ ਸਾਰੀ ਟੈਰੀਟੋਰੀ ਉਦੋਂ ਦੀ ਹੈ ਜਦੋਂ ਦੇ ਸ਼ੁਰੂ ਹੋਇਆ, ਸਮਝੋ ਸ੍ਰਿਸ਼ਟੀ ਸ਼ੁਰੂ ਹੋਈ ਆ। ਉਦੋਂ ਕੁਛ ਤਾਂ ਆਪਣੇ ਬੰਦੇ ਚਲੇ ਗਏ ਸਾਊਥ ਏਸ਼ੀਆ, ਆਪਣੇ ਇੰਡੀਆ ਵੱਲ ਨੂੰ। ਅੱਛਾ ਜੀ, ਕੁਛ ਇੱਧਰ ਨੂੰ ਆ ਗਿਆ, ਬੈਰਿੰਗ ਸੀ ਉੱਤੋਂ ਦੀ ਟੰਬ ਤੁਰ ਕੇ ਆ ਕੇ ਜੰਮਿਆ ਸੀ। ਹਾਂ, ਜੰਮਿਆ ਸੀਗਾ, ਅਤੇ ਉਹ ਰਾਹ ਬਣਿਆ ਸੀਗਾ, ਪੁਲ ਬਣਿਆ ਸੀ ਇੱਕ ਕਿਸਮ ਦਾ। ਉਹ ਕੁਛ ਇੱਥੇ ਆਪਣੇ ਕੈਨੇਡਾ 'ਚ ਸੈਟਲ ਹੋ ਗਿਆ, ਉਹ ਤੁਰੇ ਜਾਂਦੇ ਕੁਛ ਫਿਰ ਅਮਰੀਕਾ ਵਿੱਚ, ਉਦੋਂ ਬਾਅਦ ਸਾਊਥ ਅਮੈਰੀਕਾ 'ਚ। ਅੱਛਾ, ਉਹ ਸਾਰੇ ਆਪਣੇ ਨੇਟਿਵ ਜਿਹੜੇ ਉੱਥੋਂ ਆਏ, ਉਸ ਏਰੀਏ 'ਚੋਂ। ਅੱਛਾ, ਏਸ਼ੀਆ ਮਾਈਨਰ ਦੀ ਗੱਲ ਆ। ਅੱਛਾ, ਉਹ ਸਾਰੇ ਉੱਥੋਂ ਹੀ ਆਏ ਆ, ਔਰ ਹਜ਼ਾਰਾਂ ਸਾਲ ਪਹਿਲਾਂ ਆਏ ਆ। ਅੱਛਾ ਜੀ, ਸੋ ਕੈਨੇਡਾ ਅਸਲ ਵਿੱਚ 150 ਸਾਲ ਨਹੀਂ, ਕਨਫੈਡਰੇਸ਼ਨ ਦੀ ਕਹਾਣੀ ਹੈ। ਹਾਂਜੀ, ਕਨਫੈਡਰੇਸ਼ਨ ਦੀ। ਉਸ ਤੋਂ ਬਾਅਦ ਪਹਿਲਾਂ ਤਾਂ ਨੇਟਿਵ ਆਏ, ਐਬਰੀਜਨਲ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ। ਉਦੋਂ ਬਾਅਦ ਫਿਰ ਵਾਈਕਿੰਗਸ ਆਏ। ਅੱਛਾ ਜੀ, ਵਾਈਕਿੰਗਸ ਨਿਊਫਾਊਂਡਲੈਂਡ ਆਏ ਆ, ਉੱਥੇ ਵਾਲੇ ਨਿਸ਼ਾਨੀਆਂ ਉਹਨਾਂ ਦੀਆਂ ਹੈਗੀਆਂ ਕਾਫੀ, ਤਕਰੀਬਨ 1000 ਸਾਲ ਪਹਿਲਾਂ। ਅੱਛਾ ਜੀ, ਅਰਾਊਂਡ 1000 AD, ਅਤੇ ਉਹਨਾਂ ਦੀ ਨਿਸ਼ਾਨੀ ਕਾਫੀ। ਉਸ ਤੋਂ ਬਾਅਦ ਐਕਸਪਲੋਰਰ ਜਿਹੜੇ ਬ੍ਰਿਟਿਸ਼ ਅਤੇ ਫਰੈਂਚ ਕਿੰਗ ਸੀ ਨਾ, ਉਹਨੇ ਐਕਸਪਲੋਰਰ ਭੇਜੇ ਵੀ ਜਾਓ ਤੁਸੀਂ ਨਵੀਂ ਦੁਨੀਆ, ਲੱਭ ਕੇ ਲਿਆਓ। ਅਮਰੀਕਾ, ਨੌਰਥ ਅਮਰੀਕਾ ਨਵੀਂ ਦੁਨੀਆ ਕਹਿੰਦੇ ਸੀ, ਵੀ ਜਾਓ ਲੱਭੋ, ਜਾ ਕੇ ਲੱਭੋ। ਇਸੇ ਕਰਕੇ ਜਦ ਆਪਣਾ ਕੋਲੰਬਸ ਆਇਆ 1492 ਵਿੱਚ, ਉਹ ਲੱਭਣ ਤਾਂ ਇੰਡੀਆ ਆਇਆ ਸੀਗਾ, ਉਹ ਆ ਗਿਆ ਇੱਧਰ ਨੂੰ ਜੀ, ਆ ਗਿਆ ਇੱਥੇ ਨੂੰ, ਪਹੁੰਚ ਗਿਆ ਨੌਰਥ ਅਮਰੀਕਾ। ਜਦ ਉਹਨੂੰ ਫਿਰ ਦੇਖੇ ਲੋਕ ਜਿਹੜੇ ਨੇਟਿਵ ਸੀਗੇ ਇੱਥੋਂ ਦੇ, ਉਹਨੂੰ ਕਿਹਾ ਇੰਡੀਅਨ ਆ, ਤਾਂ ਕਰਕੇ ਉਹਨਾਂ ਨੂੰ ਆਪਾਂ ਇੰਡੀਅਨ ਕਹਿੰਦੇ ਹਾਂ, ਕਈ ਰੈੱਡ ਇੰਡੀਅਨ ਕਹਿ ਦਿੰਦੇ ਹਾਂ। ਬਿਲਕੁਲ, ਕਿਉਂਕਿ ਉਹਨਾਂ ਦੇ ਫੀਚਰ ਆਪਣੇ ਨਾਲ ਮਿਲਦੇ ਆ। ਤੁਸੀਂ ਦੇਖਿਆ ਹੋਊਗਾ ਜਿਹੜੇ ਮੈਕਸੀਕਨਸ ਵੀ ਆ, ਉਹ ਆਪਣੇ ਵਰਗੇ, ਉਹ ਵੀ ਉੱਥੋਂ ਆਏ ਹੋਏ ਆ, ਇਹ ਨੇਟਿਵ ਇੰਡੀਅਨ ਵੀ ਉੱਥੋਂ, ਕਿਉਂਕਿ ਆਪਣਾ ਓਰੀਜਿਨ ਉੱਥੋਂ ਹੀ ਆ, ਇਸ ਕਰਕੇ ਆਪਾਂ ਤਾਈ ਕੇ ਕਹਿੰਦੇ ਹਾਂ, ਕਿਉਂਕਿ ਉਹਨਾਂ ਦੇ ਕਾਫੀ ਫੀਚਰ ਮਹਾਂਦਰਾ ਰੰਗ ਮੜੰਗੇ ਆਪਣੇ ਵਰਗੇ। ਹਾਂਜੀ, ਸੋ ਇਹਨਾਂ ਦਾ ਜਿਹੜਾ ਲਾਈਫ ਸਟਾਈਲ ਸੀਗਾ ਬਹੁਤ ਸੋਹਣਾ ਸੀਗਾ, ਬੜਾ ਹੋਲਿਸਟਿਕ ਸੀਗਾ। ਇਹ ਨੇਚਰ ਦਾ ਬਹੁਤ ਪੂਜਾ ਕਰਦੇ ਆ ਕਿਸਮ ਦੀ,
ਲੇਕਿਨ ਫਿਰ ਫਰੈਂਚ ਦਾ ਐਕਸਪਲੋਰ ਬ੍ਰਿਟਿਸ਼ ਐਕਸਪਲੋਰਰ ਆਏ ਔਰ ਪਹਿਲਾਂ ਜਾਕ ਕਾਸ਼ੀ ਆਇਆ ਜਿੱਦਾਂ 1497 ਪਹਿਲਾਂ 1492 'ਚ ਕੋਲੰਬਸ ਉਦੋਂ ਬਾਅਦ ਫਿਰ ਕਾਸ਼ੀ ਅਤੇ ਇੱਧਰੋਂ ਅਮਰੀਕਾ ਆਪਣੇ ਇੰਗਲੈਂਡ ਦੇ ਆਏ ਐਕਸਪਲੋਰਰ ਸ਼ੈਂਪਲੇਨ ਵਗੈਰਾ ਉਹਨਾਂ ਨੇ ਆ ਕੇ ਫਿਰ ਜਿਹੜੇ ਫਰੈਂਚ ਵਾਲੇ ਆਏ ਸੀਗੇ ਇਹ ਕਿਊਬਿਕ ਵਿੱਚ ਬਹਿ ਗਏ ਬਿਲਕੁਲ ਜੀ ਬਿਲਕੁਲ ਉਦੋਂ ਬਾਅਦ ਬ੍ਰਿਟਿਸ਼ ਆਏ ਇਹ ਬਾਕੀ ਜਿਹੜਾ ਕਿਉਂਕਿ ਹਡਸਨ ਬੇ ਕੰਪਨੀ ਹੈ ਜਿਹੜੀ ਇਹ ਓਨ ਕਰਦੀ ਸੀ ਜਿੱਦਾਂ ਆਪਣਾ ਇੰਡੀਆ ਵੀ ਆ ਈਸਟ ਇੰਡੀਅਨ ਕੰਪਨੀ ਸੀ ਪਹਿਲਾਂ ਉਹ ਵਪਾਰ ਕਰਦੇ ਸੀ ਉਦੋਂ ਬਾਅਦ ਬ੍ਰਿਟਿਸ਼ ਗੌਰਮੈਂਟ ਟੇਕ ਓਵਰ ਕਰ ਲਿਆ 1857 'ਚ ਅਤੇ ਇਸੇ ਤਰ੍ਹਾਂ ਬ੍ਰਿਟਿਸ਼ ਆਪਣੀ ਸੀਗੀ ਹਡਸਨ ਬੇ ਕੰਪਨੀ ਉਹ ਫਿਰ ਗੌਰਮੈਂਟ ਨੇ ਜਿਹੜੀ ਬ੍ਰਿਟਿਸ਼ ਗੌਰਮੈਂਟ ਉਹਨੇ ਟੇਕ ਓਵਰ ਕਰ ਲਏ ਇਹ ਬੀਵਰ ਦਾ ਮੋਸਟਲੀ ਟ੍ਰੇਡ ਕਰਦੇ ਸੀਗੇ ਔਰ ਉੱਧਰੋਂ ਇਹਨੀ ਨਾਈਫ ਨੂਫ ਜਾਂ ਹੋਰ ਚੀਜ਼ਾਂ ਲਿਆਉਣੀਆਂ ਇੱਧਰੋਂ ਬੀਵਰ ਪੈਲਟ ਲਿਜਾਣੀ ਅਤੇ ਇਸ ਕਰਕੇ ਉਹ ਤੋਂ ਬਾਅਦ ਫਿਰ ਇਹ ਦੋਹਾਂ ਦਾ ਹੋ ਗਿਆ ਪ੍ਰੋਬਲਮ ਫਰੈਂਚ ਦਾ ਤਾਂ ਬ੍ਰਿਟਿਸ਼ ਦਾ ਅੱਛਾ ਜੀ ਇਨ ਦਾ ਮੇਨ ਟਾਈਮ 1799 ਵਿੱਚ ਅਮਰੀਕਾ ਨੇ ਬ੍ਰਿਟਿਸ਼ ਤੋਂ ਇੰਡੀਪੈਂਡੈਂਸ ਡਿਕਲੇਅਰ ਕਰਤੀ ਅਤੇ ਉਹਦੇ ਕਰਕੇ ਅਮਰੀਕਾ 14-13 ਕੋਲੋਨੀ ਸੀ ਉਹਨੇ ਆਪਣਾ ਮੁਲਕ ਬਣਾ ਲਿਆ ਲੇਕਿਨ ਕੈਨੇਡਾ ਹਾਲੇ ਵੀ ਖਿਲਰਿਆ ਪੱਤਰਿਆ ਸੀਗਾ ਕੋਈ ਔਰਗੇਨਾਈਜ਼ ਸੀਗਾ ਇਹ ਟੈਰੀਟੋਰੀ ਸੀਗੀ ਉਦੋਂ ਕੋਲੋਨੀ ਸੀ ਅਤੇ ਇਸ ਕਰਕੇ ਇੱਥੇ ਪ੍ਰੈਸ਼ਰ ਪੈਣ ਲੱਗ ਪਿਆ ਫਿਰ ਉਹ ਕਾਹਦਾ ਜੀ ਪ੍ਰੈਸ਼ਰ ਇਹ ਪੈਣ ਲੱਗ ਪਿਆ ਵੀ ਅਮਰੀਕਾ ਨੇ ਟੇਕ ਓਵਰ ਕਰ ਲੈਣਾ ਕੈਨੇਡਾ ਅੱਛਾ ਕਿਤੇ ਆਪਣੇ ਜਨਮ ਲਾ ਲਵੇ ਆਪਣੇ ਜਨਮ ਲਾ ਲਵੇ ਔਰ ਇੱਥੇ ਲੜਾਈ ਵੀ ਆਪਣੇ 1812 'ਚ ਲੜਾਈ ਵੀ ਹੋਈ ਆ ਅਮੈਰੀਕਾ ਨਾਲ ਆਪਣੀ ਕੈਨੇਡਾ ਅਤੇ ਅਮੈਰੀਕਾ ਦੀ ਬ੍ਰਿਟਿਸ਼ ਸੀ ਉਦੋਂ ਬ੍ਰਿਟਿਸ਼ ਕੈਨੇਡਾ ਸਮਝ ਲਓ ਅਤੇ ਉਸ ਲੜਾਈ ਵਿੱਚ ਕੈਨੇਡਾ ਜਿੱਤ ਗਿਆ ਸੀਗਾ 1812 ਵਿੱਚ ਅਤੇ ਉਸ ਤੋਂ ਬਾਅਦ ਉਦੋਂ ਪਹਿਲਾਂ ਐਕਚੁਲੀ ਕੁਬੈਕ ਵਿੱਚ ਇੱਕ ਪਲੇਸ ਆ ਉਹਨੂੰ ਪਲੇਨਸ ਆਫ ਇਬਰਾਹਿਮ ਕਹਿੰਦੇ ਆ ਅੱਛਾ ਜੀ 1763 'ਚ ਉੱਥੇ ਲੜਾਈ ਹੋਈ ਅੱਛਾ ਜੀ ਬਿਟਵੀਨ ਬ੍ਰਿਟਿਸ਼ ਐਂਡ ਫਰੈਂਚ ਅੱਛਾ ਜੀ ਅਤੇ ਬ੍ਰਿਟਿਸ਼ ਜਿੱਤ ਗਿਆ ਅੱਛਾ ਉਦੋਂ ਬਾਅਦ ਫਿਰ ਕੁਬੈਕ ਟੇਕ ਓਵਰ ਕਰ ਲਿਆ ਨੌਰਥ ਅਮੈਰੀਕਾ ਜਿਹੜਾ ਆਪਣਾ ਸੀਗਾ ਕੈਨੇਡਾ ਜਿਹਨੂੰ ਕਹਿੰਦੇ ਆਪਾਂ ਉਹ ਬ੍ਰਿਟਿਸ਼ ਨੇ ਟੇਕ ਓਵਰ ਕਰ ਲਿਆ ਲੇਕਿਨ ਇਹਨੇ ਇਹ ਕੀਤਾ ਵੀ ਜਿਹੜਾ ਫਰੈਂਚ ਦਾ ਸੀਗਾ ਨਾ ਲਾ ਫਰੈਂਚ ਸਿਵਲ ਲਾ ਕੈਨੇਡਾ ਕੁਬੈਕ 'ਚ ਉਹੀ ਰਹਿਣ ਦਿੱਤਾ ਅੱਛਾ ਇਸ ਕਰਕੇ ਆਪਾਂ ਜਦ ਕਹਿੰਦੇ ਹਾਂ ਨਾ ਬਾਅਦ ਵਿੱਚ ਟੂ ਫਾਊਂਡਿੰਗ ਨੇਸ਼ਨਸ ਬ੍ਰਿਟਿਸ਼ ਤਾਂ ਫਰੈਂਚ ਇੰਗਲਿਸ਼ ਤਾਂ ਫਰੈਂਚ ਨੇਸ਼ਨ ਹੈ ਸੋ ਉਹ ਸ਼ੁਰੂ ਹੋ ਗਏ ਸੋ ਉਦੋਂ ਉਹ 1763 ਦੀ ਗੱਲ ਹੈ ਇਹ ਮੈਂ ਵੀ ਗਿਆ ਥੋੜ੍ਹਾ ਚਿਰ ਹੋਇਆ ਤਾਂ ਬੜਾ ਸੋਹਣੀ ਉੱਥੇ ਪਾਰਕ ਬਣੀ ਹੋਈ ਆ ਹੁਣ ਔਰ ਕੁਬੈਕ ਸਿਟੀ ਹੈ ਜਿਹੜਾ ਹਾਂਜੀ ਕੁਬੈਕ ਸਿਟੀ ਦੇ ਨਾਲ ਹੀ ਕੁਬੈਕ ਸਿਟੀ ਆ ਦਵਿੰਦਰ ਇੱਕ ਐਸਾ ਸ਼ਹਿਰ ਹੈ ਨੌਰਥ ਅਮੈਰੀਕਾ ਜਿਹੜਾ ਹਾਲੇ ਵੀ ਵਰਲਡ ਸਿਟੀ ਆ ਅੱਛਾ ਜੀ ਹਾਂਜੀ ਉਹਦੇ ਆਲੇ ਦੁਆਲੇ ਹਾਲੇ ਵੀ ਹੈ ਜੀ ਹਾਲੇ ਵੀ ਕਹਿੰਦੇ ਆ ਅੱਛਾ ਜੀ ਤੁਸੀਂ ਦੇਖ ਸਕਦੇ ਆ ਸੋ ਇਸ ਤਰ੍ਹਾਂ ਹਿਸਟਰੀ ਇਵੋਲਵ ਹੁੰਦੀ ਰਹੀ ਔਰ ਜਿਹੜੇ ਨੇਟਿਵਸ ਨਾਲ ਵੀ ਫੜਾਈ ਕਾਫੀ ਲੜਾਈਆਂ ਹੁੰਦੀਆਂ ਰਹੀਆਂ ਇਹਨਾਂ ਕੋਲ ਉੱਥੇ ਨੇਟਿਵ ਨਾਲ ਕੌਣ ਲੜਦਾ ਰਿਹਾ ਜੀ ਨੇਟਿਵ ਨਾਲ ਆਪਣੇ ਬ੍ਰਿਟਿਸ਼ ਤਾਂ ਫਰੈਂਚ ਅੱਛਾ ਦੋਵੇਂ ਲੜਦੇ ਰਹੇ ਹਾਂਜੀ ਉਹਨਾਂ ਕੋਲੋਂ ਹੱਥੇ ਆਉਣ ਵਾਸਤੇ ਹਾਂਜੀ ਹਾਂਜੀ ਬਿਲਕੁਲ ਕਿਉਂਕਿ ਉਹ ਰਜਿਸਟ ਕਰਦੇ ਸੀ ਉਹ ਕਹਿੰਦੇ ਵੀ ਇਹ ਸਾਡਾ ਅੱਗੇ ਇਲਾਕਾ ਨਹੀਂ ਸਾਂਭ ਲਿਆ ਸਾਂਭਿਆ ਵੀ ਹੈ ਹਾਂ ਸਾਂਭਿਆ ਵੀ ਹੈ ਜੀ ਈਵਨ ਹਾਲੇ ਤਾਂ ਵੀ ਉਹ ਕਹਿੰਦੇ ਸਾਡੇ ਨਾਲ ਸਾਰਿਆਂ ਨਾਲ ਧੱਕਾ ਕੀਤਾ ਸੋ ਇਹਨੀ ਫਿਰ ਜਿਹੜਾ ਬ੍ਰਿਟਿਸ਼ ਜਿੱਦਾਂ ਕੰਮ ਥੋੜ੍ਹਾ ਜਿਹਾ ਚੱਲਦਾ ਰਿਹਾ ਫਿਰ 1867 ਤੋਂ ਪਹਿਲਾਂ 1864 ਵਿੱਚ ਅੱਛਾ ਜੀ ਜਿਹੜੇ ਸੀਗੇ ਆਪਣੇ ਲੀਡਰ ਉਸ ਵੇਲੇ ਕੈਨੇਡਾ ਦੇ ਅੱਛਾ ਜੀ ਡਿਫਰੈਂਟ ਕੋਲੋਨੀ ਸੀਗੀਆਂ ਡਿਫਰੈਂਟ ਜਿੱਦਾਂ ਆਪਣੇ ਟੈਰੀਟੋਰੀਜ਼ ਇਹ ਨਹੀਂ ਕਿਹਾ ਵੀ ਆਪਾਂ ਨੂੰ ਉੱਧਰੋਂ ਇੰਗਲੈਂਡ ਵੀ ਇਹਨਾਂ ਨੂੰ ਇਨਕਰੇਜ ਕਰਦਾ ਵੀ ਤੁਸੀਂ ਇਕੱਠੇ ਹੋਵੋ ਇੱਧਰ ਅਮਰੀਕਾ ਦਾ ਪ੍ਰੈਸ਼ਰ ਪੈਂਦਾ ਸੀਗਾ ਨਹੀਂ ਤਾਂ ਇੱਧਰ ਹਾਂਜੀ ਫਿਰ ਇਹ ਇਕੱਠੇ ਹੋਏ ਕੁਈਨ ਸ਼ਾਰਲਟ ਟਾਊਨ ਜਿਹੜਾ ਪ੍ਰਿੰਸੈਡੋ ਰਾਜਲੈਂਡ 'ਚ ਆ ਅੱਛਾ ਜੀ ਜਿਹਨਾਂ ਨੂੰ ਆਪਾਂ ਫਾਦਰਸ ਆਫ ਕਨਫੈਡਰੇਸ਼ਨ ਕਹਿੰਦੇ ਹਾਂ ਇਹ ਇਹਨੀ ਇਕੱਠੇ ਹੋ ਕੇ ਮੀਟਿੰਗ ਕੀਤੀ ਵੀ ਆਪਾਂ ਨੂੰ ਹੁਣ ਇਕੱਠੇ ਹੋਣਾ ਚਾਹੀਦਾ ਸਮਾਂ ਆ ਗਿਆ ਇੱਕ ਮੁਲਕ ਬਣਾ ਲਈਏ ਆਪਾਂ ਉਹ ਤੋਂ 1864 ਤੋਂ ਸਟਾਰਟ ਹੋ ਕੇ ਇਹ ਕੰਮ ਚੱਲਦਾ ਰਿਹਾ ਫਿਰ 1867 ਜੁਲਾਈ 1 ਨੂੰ ਚਾਰ ਸੂਬੇ ਇਕੱਠੇ ਹੋ ਕਿਹੜੇ ਕਿਹੜੇ ਸੀ ਜੀ ਪਹਿਲੇ ਓਕੇ ਉਹ ਸੀਗਾ ਓਨਟੇਰੀਓ ਜਿਹਨੂੰ ਉਦੋਂ ਅਪਰ ਕੈਨੇਡਾ ਕਹਿੰਦੇ ਸੀ ਅੱਛਾ ਜੀ ਅਤੇ ਕੁਬੈਕ ਜਿਹਨੂੰ ਲੋਅਰ ਕੈਨੇਡਾ ਕਹਿੰਦੇ ਸੀ ਉਹ ਦੋਵੇਂ ਪਾਰਟ ਉਹ ਸੀ ਨਿਊ ਬ੍ਰੰਸਵਿਕ ਅਤੇ ਨਵਾ ਸਕੋਸ਼ੀਆ ਅੱਛਾ ਸੋ 1867 ਵਿੱਚ ਉਹ ਚਾਰ ਸੂਬੇ ਇਕੱਠੇ ਹੋ ਗਏ 1870 ਵਿੱਚ ਮੈਨੀਟੋਬਾ ਜੁਆਇਨ ਕਰ ਗਿਆ 1871 ਵਿੱਚ BC ਅੱਛਾ ਔਰ BC ਦੀ ਦਵਿੰਦਰ ਸ਼ਰਤ ਇਹ ਸੀਗੀ ਉਦੋਂ ਬਈ ਇਹ ਆਈਸੋਲੇਟਡ ਸੀਗਾ BC ਕਿਉਂਕਿ ਜਿਹੜੇ ਰੌਕੀ ਮਾਊਂਟੇਨਸ ਆ ਬਹੁਤ ਬੜੇ ਮਾਊਂਟੇਨ ਉੱਤੇ ਦੇਖੇ ਹੋਣੇ ਜਦ ਤੁਸੀਂ ਜਾਣੇ ਕੱਲ੍ਹ ਗਏ ਹੁਣ ਵੀ ਜਿੱਦਾਂ ਵਜੋਂ ਅਤੇ ਇਹ ਕਹਿੰਦੇ ਬ੍ਰਿਟਿਸ਼ ਕੋਲੰਬੀਆ ਦੀ ਇਹ ਕੰਡੀਸ਼ਨ ਸੀ ਵੀ ਸਾਨੂੰ ਰੇਲ ਰੋਡ ਲਿੰਕ ਦਿਓ ਉਹ ਮੰਨ ਗਿਆ CP ਰੇਲ ਆ ਨਾ ਜਿਹੜੀ ਕੈਨੇਡੀਅਨ ਪੈਸੀਫਿਕ ਰੇਲਵੇ ਆ ਇਹ ਨਹੀਂ ਫਿਰ ਜ਼ਮੀਨ ਇਹਨਾਂ ਨੂੰ ਕਾਫੀ ਦਿੱਤੀ ਤੁਸੀਂ ਦੇਖਿਆ ਹੋਊਗਾ ਇਹਨਾਂ ਦੀ ਪ੍ਰੋਪਰਟੀ ਕਾਫੀ CP ਰੇਲ ਦੀ ਵੀ ਆ ਇਹ ਨਹੀਂ ਫਿਰ 1885 ਵਿੱਚ ਰੇਲ ਲਿੰਕ ਅਸਟੈਬਲਿਸ਼ ਕਰਤਾ
ਅੱਛਾ ਤਾਂ ਕਿ ਇੱਕ ਦੂਸਰੇ ਨਾਲ ਜੁੜ ਸਕੇ ਫਿਰ ਕੈਨੇਡਾ ਜੁੜ ਗਿਆ, ਨਹੀਂ ਤਾਂ ਅੱਗੇ ਉਸ ਤੋਂ ਪਹਿਲਾਂ ਜੇ ਆਪਾਂ ਜਾਣਾ ਫਰਜ਼ ਕੀਤਾ ਵੈਨਕੂਵਰ ਤੋਂ ਮੌਂਟਰੀਅਲ ਨੂੰ ਜਾਂ ਕੁਬੈਕ ਨੂੰ ਜਾਣਾ ਹੋਵੇ ਤਾਂ ਉੱਪਰ ਦੀ ਜਾਣਾ ਪੈਂਦਾ ਆਲ ਦਾ ਵੇ ਸਾਊਥ ਅਮਰੀਕਾ ਦੇ। ਅੱਛਾ ਜੀ, ਸਿੱਧਾ ਰਸਤਾ ਹੈ, ਸਿੱਧਾ ਰਸਤਾ ਹੈ ਨਾ ਸੀ ਕੋਈ? ਵਾਓ, ਕਿਉਂਕਿ ਰੌਕੀਜ਼ ਵਿੱਚ ਤਾਂ ਜਾ ਨਹੀਂ ਸਕਦੇ, ਜਾਂ ਇੱਧਰ ਸਿਆਟਲ ਤੋਂ ਅਮਰੀਕਾ ਦੇ ਵਿੱਚੋਂ ਦੀ ਜਾਓ, ਕਿਉਂਕਿ ਰੌਕੀਜ਼ ਤਾਂ ਹੈਗੇ ਐਡੇ ਵੱਡੇ ਵੱਡੇ ਬਈ। ਸੋ 1871 ਬੀ ਸੀ ਜੁਆਇਨ ਕਰ ਗਿਆ, 1873 ਵਿੱਚ ਪ੍ਰਿੰਸ ਐਡਵਰਡ ਆਈਲੈਂਡ, ਅਤੇ 1905 ਵਿੱਚ ਅਲਬਰਟਾ ਅਤੇ ਸਸਕੈਚਵਾਂ, ਇਹ ਵੀ ਉਦੋਂ ਟੈਰੀਟੋਰੀ ਪਈ ਸੀਗੀ, ਜਿਹੜਾ ਮੈਨੀਟੋਬਾ ਨੂੰ ਰੈੱਡ ਰਿਵਰ ਕਹਿੰਦੇ ਸੀਗੇ ਟੈਰੀਟੋਰੀ। ਅੱਛਾ ਜੀ। ਸੋ ਇਹ ਵੀ ਵੰਡ, ਦੋਨੇ ਸੂਬੇ ਵੰਡ ਹੋ ਗਿਆ ਫਿਰ, ਅਲਬਰਟਾ ਸਸਕੈਚਵਾਂ। ਅੱਛਾ। ਅਤੇ 1949 ਵਿੱਚ ਨਿਊਫਾਊਂਡਲੈਂਡ ਜੁਆਇਨ ਕਰ ਗਿਆ। ਇਹ ਸਭ ਤੋਂ ਬਾਅਦ ਵਿੱਚ ਇਹੀ ਹੈ, 10ਵਾਂ ਸੂਬਾ ਨਿਊਫਾਊਂਡਲੈਂਡ ਸੀ। ਅੱਛਾ ਜੀ। ਜੋ ਹੀ ਸਮੋਲਵੁੱਡ ਸੀਗਾ ਉੱਥੋਂ ਦਾ ਪ੍ਰੀਮੀਅਰ ਨਿਊਫਾਊਂਡਲੈਂਡ ਦਾ, ਉਹਨੂੰ ਕਹਿੰਦੇ ਸੀ ਹੀ ਇਜ਼ ਦਾ ਲਿਵਿੰਗ ਓਨਲੀ ਲਿਵਿੰਗ ਫਾਦਰ ਆਫ ਕੈਨੇਡਾ, ਕਿਉਂਕਿ ਜਿਹੜੇ ਦੋ ਬੰਦਿਆਂ ਦੀ ਬਹੁਤ ਇੱਥੇ ਦੇਣ ਆ। ਉਹ ਕਿਹੜੇ ਕਿਹੜੇ ਬੰਦਿਆਂ ਦੀ ਦੇਣਾ ਆਪਾਂ ਉਹ ਗੱਲ ਕਰਾਂਗੇ, ਸਮਾਂ ਬ੍ਰੇਕ ਦਾ ਹੁੰਦਾ ਜਾ ਰਿਹਾ। ਦੋਸਤੋ, ਇਸ ਵਕਤ ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਵੇਖ ਰਹੇ ਹੋ, ਅੱਜ ਦਾ ਸਾਡਾ ਇਹ ਪ੍ਰੋਗਰਾਮ। ਜੇਕਰ ਤੁਸੀਂ ਕੈਨੇਡਾ ਵਿੱਚ ਸਾਨੂੰ ਵੇਖ ਰਹੇ ਹੋ ਤਾਂ ਤੁਹਾਡੇ ਵਾਸਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਹੈ, ਖਾਸ ਕਰਕੇ ਉਹਨਾਂ ਦਰਸ਼ਕਾਂ ਦੇ ਵਾਸਤੇ ਜੇਕਰ ਸਿਟੀਜ਼ਨਸ਼ਿਪ ਦਾ ਟੈਸਟ ਤੁਹਾਡਾ ਨੇੜੇ ਆ ਰਿਹਾ, ਕਿਤਾਬ ਦੇ ਵਿੱਚ ਪੜ੍ਹਨ ਦੇ ਵਿੱਚ ਅਤੇ ਟੈਸਟ ਦੇਣ ਵਿੱਚ ਤੁਹਾਡਾ ਕਾਫੀ ਅੱਜ ਦਾ ਪ੍ਰੋਗਰਾਮ ਮਦਦਗਾਰ ਸਾਬਤ ਹੋ ਸਕਦਾ। ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ। ਬਹੁਤ ਵਿਸ਼ਾਲ ਹੈ ਖਬਰਾਂ ਦਾ ਇਹ ਸੰਸਾਰ, ਕਦੇ ਸੱਚ ਦੀ ਖਬਰ ਤੇ ਕਦੇ ਕੱਚ ਦੀ ਖਬਰ, ਕਦੇ ਦੁੱਖ ਦੀ ਖਬਰ ਤੇ ਕਦੇ ਭੁੱਖ ਦੀ ਖਬਰ, ਪਰ ਹਰ ਖਬਰ ਦੇ ਪਿੱਛੇ ਲੁਕੀ ਹੁੰਦੀ ਹੈ ਇੱਕ ਖਬਰ, ਜਿਸ ਦੀ ਗੱਲ ਕਰਦੇ ਹਾਂ ਅਸੀਂ ਪ੍ਰੋਗਰਾਮ ਖਬਰ ਦੀ ਖਬਰ ਦੇ ਵਿੱਚ। ਪ੍ਰਾਈਮ ਏਸ਼ੀਆ ਟੀਵੀ 'ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਰ ਰੋਜ਼ ਟੋਰਾਂਟੋ ਟਾਈਮਿੰਗ 8:30 ਸ਼ਾਮੀ ਅਤੇ ਇਸੇ ਟਾਈਮ ਵੈਨਕੂਵਰ। ਪ੍ਰਾਈਮ ਏਸ਼ੀਆ ਟੈਲੀਵਿਜ਼ਨ ਵੇਖ ਰਹੇ ਹੋ, ਉਮੀਦ ਕਰ ਰਿਹਾ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗ ਰਿਹਾ ਹੋਵੇਗਾ। ਅੱਜ ਸਾਡੇ ਮਹਿਮਾਨ ਹਨ ਬਲਵੰਤ ਸੰਘੇੜਾ ਜੀ, ਜਿਹੜੇ ਕੈਨੇਡਾ ਦੇ ਬਾਬਤ ਅਤੇ ਕੈਨੇਡਾ ਦੇ 150 ਸਾਲਾਂ ਦੇ ਮੁਤਲਕ ਸਾਡੇ ਨਾਲ ਉਚੇਚੇ ਤੌਰ 'ਤੇ ਗੱਲਬਾਤ ਕਰਨ ਵਾਸਤੇ ਆਏ ਹੋਏ ਨੇ। ਹੁਣ ਗੱਲ ਕਰ ਰਹੇ ਸੀ ਕਿ ਦੋ ਉਹ ਵਿਅਕਤੀ ਨੇ ਜਿਨ੍ਹਾਂ ਦਾ ਵੱਡਾ ਯੋਗਦਾਨ, ਉਹ ਕਿਹੜੇ ਕਿਹੜੇ ਨੇ, ਕਿਵੇਂ ਯੋਗਦਾਨ ਹੈ? ਉਹ ਸੀਗਾ ਜੌਨ ਏ ਮੈਕਡੋਨਲਡ, ਜਿਹੜਾ ਪਹਿਲਾ ਪ੍ਰਾਈਮ ਮਿਨਿਸਟਰ ਸੀ ਕੈਨੇਡਾ ਦਾ, ਉਸ ਦੀ ਬਹੁਤ ਵੱਡੀ ਦੇਣ ਆ। ਬਿਲਕੁਲ। ਔਰ ਦੂਸਰਾ ਸੀ ਇੱਕ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਸੀਗਾ, ਉਹ ਕਿਹੜੇ? ਅਤੇ ਦੂਸਰਾ ਸੀਗਾ ਜੋਰਜ ਬਰਾਊਨ। ਅੱਛਾ। ਉਦੋਂ ਜਿਹੜੀ ਲਿਬਰਲ ਪਾਰਟੀ ਹੈ ਨਾ ਹੁਣ, ਇਹਨੂੰ ਵਿਗ ਪਾਰਟੀ ਕਹਿੰਦੇ ਸੀ। ਅੱਛਾ ਜੀ। ਕਿਉਂਕਿ ਕੈਨੇਡਾ ਉੱਥੋਂ ਆਪਣੇ ਇੰਗਲੈਂਡ ਦੀ ਸੀਗਾ ਮਾਡਲ ਇਹਨਾਂ ਕੋਲ, ਵਿਗ ਐਂਡ ਟੋਰੀ, ਟੋਰੀ ਕੰਜ਼ਰਵੇਟਿਵ ਬਣ ਗਿਆ, ਵਿਗ ਲਿਬਰਲ ਬਣ ਗਿਆ। ਸੋ ਉਹ ਜੋਰਜ ਬਰਾਊਨ ਸੀ। ਇਹਨਾਂ ਦੋਹਾਂ ਨੇ ਬਹੁਤ ਜਿੱਦਾਂ ਦੋਨੇ ਇੱਕ ਦੂਜੇ ਦੇ ਬਹੁਤ ਪੋਲੀਟੀਕਲ, ਬਹੁਤ ਜਿੱਦਾਂ ਕਹਿੰਦੇ ਹੁੰਦੇ ਆ ਰਾਈਵਲ ਸੀਗੇ। ਅੱਛਾ ਜੀ। ਲੇਕਿਨ ਇਸ ਮਸਲੇ 'ਤੇ ਦੋਨੇ ਇਕੱਠੇ ਹੋ ਗਏ। ਅੱਛਾ। ਉਹਨੇ ਬਾਕੀਆਂ ਨੂੰ ਵੀ ਨਾਲ ਰਲਾ ਲਿਆ, ਫਿਰ ਕੁਬੈਕ ਵਾਲੇ ਲੀਡਰ ਸੀ ਜਿਹੜੇ ਆ ਉਹਨਾਂ ਨੂੰ ਵੀ, ਅਤੇ ਹੋਰ ਵੀ ਜਿਹੜੇ ਬਾਕੀ ਸੂਬਿਆਂ ਦੇ ਸੀਗੇ ਸਾਰਿਆਂ ਨੂੰ ਰਲਾ ਮਲ ਕੇ ਕਿਹਾ ਵੀ ਆਪਾਂ ਹੁਣ ਕੈਨੇਡਾ ਬਣਾਈਏ। ਅੱਛਾ। ਸੋ ਤਾਂ ਕਰਕੇ ਸਾਰੇ ਇਕੱਠੇ ਹੋ ਕੇ ਫਿਰ 1 ਜੁਲਾਈ ਨੂੰ ਇਹਨੇ ਕੈਨੇਡਾ ਸਥਾਪਿਤ ਕੀਤਾ। ਸੋ ਉਹ ਜਿਹੜਾ 1 ਜੁਲਾਈ 1867 ਵਾਲਾ, ਹਾਂਜੀ, ਉਸ ਦੇ ਅਨੁਸਾਰ 150 ਸਾਲ ਹੈ। ਹਾਂਜੀ। ਨਾ ਕਿ ਕੈਨੇਡਾ ਨੂੰ ਸਿਰਫ 150 ਸਾਲ। ਕੈਨੇਡਾ ਤਾਂ ਬਹੁਤ ਪੁਰਾਣਾ, ਕੈਨੇਡਾ ਹਜ਼ਾਰਾਂ ਸਾਲ ਪੁਰਾਣਾ। ਸੋ ਬਿਲਕੁਲ ਤੁਹਾਡੀ ਗੱਲ ਰਾਈਟ ਆ, ਉਹ 150 ਸਾਲਾਂ ਆਪਾਂ 1 ਜੁਲਾਈ 1867 ਤੋਂ ਲੈਂਦੇ ਹਾਂ ਜੀ। ਹੁਣ ਮੈਨੂੰ ਇਹ ਦੱਸੋ, ਤੁਸੀਂ ਸੰਖੇਪ ਦੇ ਵਿੱਚ ਬਹੁਤ ਕਮਾਲ ਦੀਆਂ ਗੱਲਾਂ ਦੱਸ ਗਿਆ, ਕੈਨੇਡਾ ਕਦੋਂ ਬਣਿਆ, ਕਦੋਂ ਇੱਥੇ ਕੌਣ ਆਇਆ, ਕਿਸ ਨੇ ਇਸ ਨੂੰ ਹਥਿਆਉਣ ਦੀ ਕੋਸ਼ਿਸ਼ ਕੀਤੀ, ਕਿਸ ਨੇ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਇਹ ਦੱਸੋ ਕਿ ਆਪਣੇ ਭਾਈਚਾਰੇ ਦਾ ਇਤਿਹਾਸ ਕਿੰਨਾ ਕੁ ਪੁਰਾਣਾ ਹੈ? ਹਾਂਜੀ, ਆਪਣਾ ਭਾਈਚਾਰਾ 1885 ਦੇ ਕਰੀਬ ਆਏ, ਪਹਿਲੇ ਹਾਂਜੀ ਪਹਿਲੇ ਉਹ ਆਏ ਆ, ਕੋਲੰਬੀਆ ਰਿਵਰ ਆ, ਗੋਲਡਨ ਕੋਲ ਤੁਸੀਂ ਦੇਖਿਆ ਹੋਊਗਾ, ਇਹ ਉੱਥੋਂ ਪਹਿਲਾਂ ਅਮਰੀਕਾ ਸੀ, ਅਮਰੀਕਾ ਤੋਂ ਉਹ ਫਿਰ ਆਏ ਆ ਕੋਲੰਬੀਆ ਰਿਵਰ ਦੇ ਥਰੂ, ਤਾਂ ਡਾਨ ਆਪਣੀ ਗੋਲਡਨ ਐਕਟ ਸ਼ਹਿਰ ਜਾਣੇ ਗੋਲਡਨ, ਉੱਥੇ ਦਵਿੰਦਰ ਆ ਕੇ ਉਹਨੇ ਮਿਲ 'ਚ ਕੰਮ ਕੀਤਾ। ਅੱਛਾ ਜੀ। ਅਤੇ 1927 ਵਿੱਚ ਉਹ ਮਿਲ ਗੋਲਡਨ ਦੀ ਜਲ ਗਈ ਸੀ। ਅੱਛਾ ਜੀ। ਅਤੇ ਉਦੋਂ ਫਿਰ ਕੁਛ ਬੰਦੇ ਅਮਰੀਕਾ ਨੂੰ ਬੈਕ ਚਲੇ ਗਏ, ਕੁਛ ਕਿਉਂਕਿ ਰੇਲਵੇ ਬਣੀ ਹੋਈ ਸੀਗੀ, ਕੁਛ ਵੈਨਕੂਵਰ ਆ ਗਏ। ਅੱਛਾ। ਉਹ ਪਹਿਲਾ ਦੌਰ ਆ। ਜਿਹੜਾ ਦੂਜਾ ਦੌਰ ਆ ਉਹ 1897 ਦਾ। ਅੱਛਾ ਜੀ। ਕੁਈਨ ਵਿਕਟੋਰੀਆ ਨੇ ਆਪਣੀ ਡਾਇਮੰਡ ਜੁਬਲੀ ਬਣਾਈ, ਉਹ ਕਹਿੰਦੇ ਉਹਨੂੰ ਜਿੱਦਾਂ ਜਿਹੜੇ ਸਿੱਖ ਸੋਲਜਰ ਸੀਗੇ ਨਾ ਸਿਪਾਹੀ, ਉਹ ਬਹੁਤ ਜ਼ਿਆਦਾ ਤੁਹਾਨੂੰ ਪਤਾ ਵੀ ਉੱਚੇ ਲੰਮੇ ਸੁਨੱਖੇ, ਤਾਂ ਉਹ ਕਹਿੰਦੀ ਮੈਂ ਚਾਹੁੰਦੀ ਹਾਂ
ਜਿਹੜੀ ਮੇਰੀ ਇਹ ਡਾਇਮੰਡ ਜੂਲੀ ਆ ਇਹਦੇ ਵਿੱਚ ਸਿੱਖ ਸਿਪਾਹੀ ਵੀ ਇੰਡੀਆ ਤੋਂ ਆਉਣ। ਅੱਛਾ ਜੀ। ਸੋ ਉਦੋਂ ਕਾਫੀ ਸਿਪਾਹੀ ਆਪਣੇ ਸੋਲਜਰ ਆਰਮੀ ਦੇ ਉੱਥੇ ਲੰਡਨ ਆਏ ਸੈਲੀਬ੍ਰੇਸ਼ਨ ਲਈ। ਜਦ ਸੈਲੀਬ੍ਰੇਸ਼ਨ ਫਿਨਿਸ਼ ਹੋ ਗਈ ਤਾਂ ਕੁਛ ਉਹਨਾਂ ਨੂੰ ਸਲਾਹ ਦੇਣ ਲੱਗੇ, ਉਹਨੇ ਸੁਣਿਆ ਸੀ ਵੀ ਕੈਨੇਡਾ ਵੀ ਇੱਕ ਮੁਲਕ ਆ। ਉਹ ਕਹਿੰਦੇ ਵੀ ਸੁਣਿਆ ਕੈਨੇਡਾ ਬਹੁਤ ਸੋਹਣਾ ਮੁਲਕ ਆ, ਵੀ ਕਿਉਂ ਨਾ ਆਪਾਂ ਹੁਣ ਕੈਨੇਡਾ ਵੱਲ ਦੀ ਜਾਈਏ। ਉਹ ਫਿਰ ਉੱਥੋਂ ਸ਼ਿਪ ਲੈ ਕੇ ਮੰਟਰੀਅਲ ਆਏ। ਅੱਛਾ ਜੀ। ਕਿਉਂਕਿ ਉਦੋਂ ਹੋਰ ਤਾਂ ਕੁਛ ਹੈ ਨਾ ਸੀਗਾ, ਸ਼ਿਪ ਹੀ ਸਾਧਨ ਹੋਈ ਸੀ। ਹਾਂਜੀ, ਇਹੀ ਸਾਧਨ ਸੀ। ਅਤੇ ਮੰਟਰੀਅਲ ਤੋਂ ਵੀ ਟ੍ਰੇਨ ਉਹਨੀ ਸੀ ਪੀ ਰੇਲ ਵਾਲੀ ਜਿਹੜੀ ਟ੍ਰੇਨ ਫੜੀ। ਹਾਂਜੀ, ਉਹ ਜਿੱਥੇ ਵੀ ਸਟੇਸ਼ਨ 'ਤੇ ਉਤਰੇ ਖੜ੍ਹੇ ਹੋਏ, ਜਿੱਥੇ ਵੀ ਟ੍ਰੇਨ ਖੜ੍ਹੀ ਹੋਈ ਜਾਂ ਉਤਰੇ, ਉਹਨਾਂ ਦਾ ਬਹੁਤ ਸਵਾਗਤ ਸੋਹਣਾ ਹੋਇਆ। ਅੱਛਾ। ਕਿਉਂਕਿ ਉਹਨੇ ਪਹਿਲੀ ਵਾਰ ਦੇਖਿਆ ਲੋਕਾਂ ਨੇ ਵੀ ਹੈ ਸਿੱਖ ਵੀ ਹੈਗੇ ਆ ਜਿੱਦਾਂ, ਅਤੇ ਇੱਥੇ ਵੈਨਕੂਵਰ ਜਾ ਲਾਏ, ਬਹੁਤ ਸੋਹਣਾ ਉਹਨਾਂ ਦਾ ਸਾਰਾ ਸਵਾਗਤ ਆਲ ਦਾ ਵੇ, ਬਹੁਤ ਸੋਹਣਾ ਹੋਇਆ। ਫਿਰ ਜਦ ਉਹ ਬੈਗ ਗਏ, ਕਿਉਂਕਿ ਉਹ ਸਿਪਾਹੀ ਨਹੀਂ ਰਹੇ ਨੇ, ਉਹ ਸਾਰੇ ਬੈਗ ਚਲੇ ਗਏ। ਅੱਛਾ ਜੀ। ਉੱਥੇ ਜਾ ਕੇ ਪਿੰਡਾਂ 'ਚ ਫਿਰ ਉਹਨਾਂ ਨੇ ਗੱਲਬਾਤ ਕੀਤੀ, ਹੁਣ ਪਿੰਡਾਂ ਤੋਂ ਆਏ ਸੀਗੇ ਸਾਰੇ, ਪਿੰਡਾਂ 'ਚ ਗੱਲ ਫੈਲੀ ਵੀ ਕੈਨੇਡਾ ਦਾ ਮੁਲਕ ਹੀ ਬਹੁਤ ਸੋਹਣਾ, ਉੱਥੇ ਰੁਜ਼ਗਾਰ ਵੀ ਬਹੁਤ ਗੋਡਿਆ, ਸਭ ਕੁਛ ਗੋਡਿਆ। ਫਿਰ 1902-03-04 'ਚ ਕਾਫੀ ਆਉਣ ਲੱਗ ਪਿਆ ਆਪਣੇ। ਅੱਛਾ। ਮੁੜ ਕੇ ਆਏ ਉਹ ਬੰਦੇ, ਉਹਨਾਂ 'ਚੋਂ ਵੀ ਕੁਛ ਹੋਣਗੇ ਜੀ, ਉਹਨਾਂ 'ਚੋਂ ਵੀ ਹਾਂਜੀ, ਉਹਨਾਂ 'ਚੋਂ ਬਾਕੀ ਕੁਛ ਰਿਸ਼ਤੇਦਾਰ ਦੋਸਤ ਮਿੱਤਰ ਉਹਨਾਂ ਦੇ। ਔਰ 1907 ਤੱਕ ਆਪਣੇ 5000 ਇਤਿਹਾਸ ਦੇ ਮੁਤਾਬਕ 5000 ਲੋਕ ਸੀ, 5000 ਲੋਕ ਸੀ 1907 ਤਾਈਂ। ਅੱਛਾ ਜੀ। ਇੱਥੇ ਮੋਸਟਲੀ ਵੈਨਕੂਵਰ ਹੀ ਸੀ। ਅੱਛਾ ਜੀ। ਕਿਉਂਕਿ ਬਾਹਰ ਤੱਕ ਹੋਰ ਕਿਸੇ ਪਾਸੇ ਨਹੀਂ ਗਏ, ਵੈਨਕੂਵਰ ਹੀ ਸੀ ਸਾਰੇ। ਅਤੇ ਇੱਥੇ ਜਿੱਦਾਂ ਸੋਹਣਾ ਆਪਣਾ ਉਹਨੇ ਗੁਜ਼ਾਰਾ ਕਰਨਾ, ਲੇਕਿਨ ਦਵਿੰਦਰ ਉਸ ਵੇਲੇ ਰੇਸਿਜ਼ਮ ਵੀ ਬਹੁਤ ਹੋ ਗਿਆ ਸੀਗਾ। ਉਹ ਕਿਵੇਂ ਦਾ ਸੀ ਜੀ ਰੇਸਿਜ਼ਮ? ਜਿੱਦਾਂ ਨਸਲਵਾਦ ਇੰਨਾ ਸੀਗਾ ਵੀ ਕਈ ਬੰਦੇ ਤਾਂ ਆਪਣਿਆਂ ਨੂੰ ਨਫ਼ਰਤ ਕਰਨ ਲੱਗ ਪਏ ਸੀ। ਅੱਛਾ ਜੀ। ਇੱਟਾਂ ਮਾਰਨੀਆਂ ਉਹਨਾਂ ਨੂੰ, ਭਾਈਚਾਰੇ ਚਲੋ ਮੇਨ ਸਟ੍ਰੀਮ ਭਾਈਚਾਰਾ ਚੋਂ ਸਾਰੇ ਨਾ ਸੀ, ਲੇਕਿਨ ਕਾਫੀ ਕੁਛ ਸੀਗੇ। ਔਰ ਇੱਥੋਂ ਤੱਕ ਵੀ ਰਾਈਟਸ ਵੀ ਹੋਈਆਂ ਉਦੋਂ, ਕਿਉਂਕਿ ਆਪਣਾ ਤਿੰਨੇ ਚੀਜ਼ਾਂ, ਤਿੰਨੇ ਜਿਹੜੇ ਕਮਿਊਨਿਟੀ ਸੀ ਨਾ, ਜੈਪਨੀਜ਼, ਚਾਈਨੀਜ਼ ਤਾਂ ਇੰਡੀਅਨ, ਤਿੰਨਾਂ ਨਾਲ ਧੱਕਾ ਸੀ, ਤਿੰਨਾਂ ਨਾਲ ਡਿਸਕ੍ਰਿਮੀਨੇਸ਼ਨ ਕਰਦੇ ਸੀ। ਔਰ 1908 ਵਿੱਚ ਇਹਨੀ ਇੱਕ ਏਸ਼ੀਅਨ ਐਕਸਕਲੂਜਨ ਐਕਟ ਬਣਾ ਦਿੱਤਾ ਸੀ ਗਵਰਨਮੈਂਟ ਨੇ। ਅੱਛਾ ਜੀ। ਓਕੇ। ਜਿਹਦੇ ਮੁਤਾਬਕ ਇਹਨਾਂ ਤਿੰਨਾਂ ਮੁਲਕਾਂ 'ਚ ਕੋਈ ਆ ਨਹੀਂ ਸਕਦਾ। ਅੱਛਾ। ਉਹ ਇਮੀਗ੍ਰੇਸ਼ਨ ਬਿਲਕੁਲ ਬੰਦ ਕਰਤੀ ਸੀ। ਅੱਛਾ। ਤੇ ਸੋ ਅਗਲੇ ਕਈ ਨੇ ਕੰਟੀਨਿਊਸ ਜਰਨੀ ਵਾਲਾ ਕਾਨੂੰਨ ਤਾਂ ਨਹੀਂ, ਨਹੀਂ ਉਹ ਬਾਅਦ 'ਚ ਬਣਾਇਆ, ਪਹਿਲਾਂ ਸੀਗਾ ਏਸ਼ੀਅਨ ਐਕਸਕਲੂਜਨ ਐਕਟ। ਅੱਛਾ ਜੀ। ਉਹ ਤੋਂ ਬਾਅਦ ਫਿਰ ਬਣਾਇਆ ਨਹੀਂ ਕੰਟੀਨਿਊਸ ਜਰਨੀ ਐਕਟ ਜੀ, ਬਈ ਜੇ ਤੁਸੀਂ ਫਰਜ਼ ਕੀਤਾ ਇੰਡੀਆ ਤੋਂ ਆਉਣਾ ਸਿੱਧੇ ਵੈਨਕੂਵਰ ਜਾਂ ਮੰਟਰੀਅਲ ਜਿੱਥੇ ਵੀ ਆਉਣਾ, ਰਸਤੇ 'ਚ ਰੁਕਣਾ ਕਿਤੇ ਨਹੀਂ, ਰਸਤੇ ਕਿਤੇ ਨਹੀਂ ਰੁਕਣਾ, ਜੇ ਰੁਕੇ ਤੁਹਾਨੂੰ ਅਲਾਊ ਨਹੀਂ ਕਰਨਾ। ਅੱਛਾ। ਸੋ ਇਹ ਵੀ ਦੋਵੇਂ ਬਣਾਏ ਉਹ ਸੀਗੇ ਉਹਨਾਂ ਨੂੰ, ਸਿਰਫ ਆਪਣੇ ਭਾਈਚਾਰੇ ਨੂੰ, ਚਾਈਨੀਜ਼ ਨੂੰ, ਜਪਾਨੀਆਂ ਨੂੰ ਰੱਖਣ ਲਈ, ਬਾਹਰ ਰਹਿਣ, ਇੱਥੇ ਨਾ ਬਾਹਰ ਰੱਖਣ ਲਈ। ਹਾਂਜੀ। ਬਹੁਤ ਉਦੋਂ ਜਿੱਦਾਂ ਪਰ ਜਿਹੜੇ ਲੋਕ ਇੱਥੇ ਆ ਕੇ ਬੇਸ ਆਪੀ, ਹਾਂਜੀ, ਉਹ ਉਸ 'ਤੇ ਲਈ ਐਜੂਟੇਸ਼ਨ ਨਹੀਂ ਸੀ ਕਰਦੇ, ਕਰਦੇ ਸੀ ਬਥੇਰਾ ਕੀਤਾ, ਪਰ ਜਿੱਦਾਂ ਕਿਉਂਕਿ ਉਹਨਾਂ ਕੋਲ ਪਾਵਰ ਕੋਈ ਨਾ ਸੀਗੇ, ਸੁਣਦਾ ਨਾ ਸੀ ਕੋਈ, ਕਈ ਗੋਰੇ ਗੁੱਡ ਵੀ ਸੀਗੇ ਜਿਹੜੇ ਹੈਲਪ ਵੀ ਕਰਦੇ ਸੀ, ਪਰ ਕਾਫੀ ਜਿਹੜੇ ਨਸਲੀ ਸੀਗੇ ਉਹ ਕਹਿੰਦੇ ਸੀ। ਇੱਥੋਂ ਤੱਕ 1911 'ਚ ਆਪਣਾ ਸੀਗਾ ਇੱਥੋਂ ਦਾ ਵਿਲਫਰਡ ਲੋਰੀ ਹੈ, ਅੱਛਾ, ਪ੍ਰਾਈਮ ਮਿਨਿਸਟਰ, ਲਿਬਰਲ ਪ੍ਰਾਈਮ ਮਿਨਿਸਟਰ ਸੀਗਾ, ਉਹਨੂੰ ਇੱਕ ਕੈਨੇਡਾ ਦਾ ਬਹੁਤ ਚੰਗਾ ਪ੍ਰਾਈਮ ਮਿਨਿਸਟਰ ਸਮਝਿਆ ਜਾਂਦਾ। ਕੁਝ ਪ੍ਰਾਈਮ ਮਿਨਿਸਟਰ ਕਾਫੀ ਮਸ਼ਹੂਰ ਹੈ, ਜਿੱਦਾਂ ਮਕੈਂਜੀ ਕਿੰਗ, ਵਿਲਫਰਡ ਲੋਰੀਏ, ਪੀਅਰ ਟਰੂਡੋ, ਲੈਸਟਰ ਪੀਅਰਸਨ, ਵਿਲਫਰ ਲੋਰੀਏ ਨੂੰ ਵੀ ਇੱਕ ਚੰਗਾ ਪ੍ਰਾਈਮ ਮਿਨਿਸਟਰ ਸਮਝਿਆ ਜਾਂਦਾ। ਉਹ ਵੀ ਇੰਨਾ ਨਸਲੀ ਸੀਗਾ, ਨਸਲਵਾਦ ਸਮਝੋ, ਹੁਣ ਇੰਡੀਆ ਦੇ ਗਵਰਨਰ ਜਨਰਲ ਨੂੰ, ਕਿਉਂਕਿ ਇੰਡੀਆ ਕੋਲੋਨੀ ਸੀ, ਬ੍ਰਿਟਿਸ਼ ਕੋਲੋਨੀ, ਗਵਰਨਰ ਜਨਰਲ ਨੂੰ ਲਿਖਿਆ ਵੀ ਇਹ ਜਿਹੜੇ ਹਿੰਦੂ, ਆਪਾਂ ਨੂੰ ਹਿੰਦੂ ਕਹਿੰਦੇ ਸੀ, ਮੈਂ ਪੁਰਾਣੇ ਅਖਬਾਰਾਂ 'ਚ ਵੀ ਹਿੰਦੂ ਲਿਖਿਆ, ਹਿੰਦੂ ਲਿਖਦੇ ਸੀ, ਇਹ ਹਿੰਦੂ ਜਿਹੜੇ ਆਉਂਦੇ ਆ ਇਹਨਾਂ ਤੋਂ ਸਮੈਲ ਆਉਂਦੀ, ਇਹਨਾਂ ਨੂੰ ਪਤਾ ਨਹੀਂ ਕਿੱਦਾਂ ਰਹਿਣਾ, ਇਹਨਾਂ ਨੂੰ ਤੁਸੀਂ ਇੱਥੇ ਰੱਖੋ, ਇਹਨਾਂ ਨੂੰ ਆਉਣ ਨਾ ਦਿਓ। ਅੱਛਾ। ਇੱਥੋਂ ਗਵਰਨਰ ਜਨਰਲ ਨੂੰ ਚਿੱਠੀ ਲਿਖੀ, ਗਵਰਨਰ ਜਨਰਲ ਨੂੰ ਇਹ ਚਿੱਠੀ ਲਿਖੀ, ਅੱਛਾ, ਪ੍ਰਾਈਮ ਮਿਨਿਸਟਰ ਆਫ ਕੈਨੇਡਾ ਨੇ, ਬਈ ਇਹਨਾਂ ਨੂੰ ਆਉਣ ਨਾ ਦਿਓ। ਸੋ ਇੱਥੋਂ ਦਾ ਨਸਲਵਾਦ ਸੀਗਾ। ਔਰ ਫਿਰ ਤੁਸੀਂ ਕਾਮਾ ਘਾਟਾ ਮਾਰੂ ਤਾਂ ਜਾਣਦੇ ਹੀ ਆ, ਬਿਲਕੁਲ, ਕਾਮਾ ਘਾਟਾ ਮਾਰੂ ਨਾਲ ਕੀ ਆਪਣੀ ਹਾਲਤ ਹੋਈ ਆ। ਸੋ ਇਸ ਤਰ੍ਹਾਂ ਬਹੁਤ ਬੇਇਨਸਾਫੀਆਂ ਹੋਈਆਂ। ਅੱਛਾ, ਜਿਹੜੀ ਤੁਸੀਂ ਦੱਸ ਰਹੇ ਹੋ ਬੇਇਨਸਾਫੀਆਂ ਹੁੰਦੀਆਂ ਗਈਆਂ, ਉਸ ਦੇ ਵਿੱਚੋਂ ਦੋ ਵੱਡੀਆਂ ਤੁਸੀਂ ਉਦਾਹਰਨਾਂ ਦਿੱਤੀਆਂ ਨੇ, ਅਤੇ 5,000 ਭਾਈਚਾਰੇ ਦੇ ਲੋਕ ਆਪਣੇ, ਤੁਸੀਂ ਦੱਸ ਰਹੇ ਹੋ ਕਿ ਵੈਨਕੂਵਰ, ਜਿਹੜੀ ਖਾਲਸਾ ਦੀਵਾਨ ਸੁਸਾਇਟੀ ਰੌ ਸਟਰੀਟ 'ਤੇ ਜਿੱਥੇ ਹੁਣ ਜਿਹੜਾ ਵੈਨਕੂਵਰ ਹੈ, ਹਾਂਜੀ, ਇਹ ਉਸ ਵੇਲੇ ਸੋਸਾਇਟੀ ਹੋਂਦ ਵਿੱਚ ਆ ਗਈ ਸੀ ਜਾਂ ਨਹੀਂ? ਆ ਗਈ ਸੀ 1906 ਵਿੱਚ। ਅੱਛਾ। 1908 ਵਿੱਚ ਜਿੱਦਾਂ ਆਪਣਾ ਗੁਰਦੁਆਰਾ ਵੀ ਬਣ ਗਿਆ ਸੀਗਾ, 1906 ਸੋਸਾਇਟੀ ਬਣ ਗਈ ਸੀ। ਅੱਛਾ। ਔਰ ਖਾਲਸਾ ਦੀਵਾਨ ਸੁਸਾਇਟੀ ਦੀ ਬਹੁਤ ਵੱਡੀ ਦੇਣ ਆ। ਇੱਕ ਤਾਂ ਇੱਕ ਕਿਸਮ ਦਾ ਗੁਰਦੁਆਰਾ ਨਹੀਂ ਸੀਗਾ, ਉਹ ਤਾਂ ਇੱਕ ਕਮਿਊਨਿਟੀ ਸੈਂਟਰ ਸੀ ਆ, ਉਹਦੇ ਵਿੱਚ ਇਕੱਲੇ ਸਿੱਖ ਹੀ ਨਹੀਂ ਸੀ ਲੇਕਿਨ ਹਿੰਦੂ ਵੀ, ਮੁਸਲਮਾਨ ਵੀ, ਔਰ ਬਹੁਤ ਚੰਗਾ ਭਾਗ ਪਾਉਂਦੇ ਸੀਗੇ। ਇੱਕ ਜਿਹੜਾ ਆਪਣਾ ਵੋਟ ਦਾ ਹੱਕ ਵੀ ਲੈ ਲਿਆ ਸੀਗਾ। ਉਹ ਕਿਹੜੇ ਸਾਲ? 1907 ਵਿੱਚ। ਅੱਛਾ ਜੀ। ਉਹ ਵੀ ਜਦੋਂ ਜਹਦ ਨਾਲ ਮਿਲਿਆ? ਉਹ ਬਾਅਦ ਜਦੋਂ ਜਹਦ ਬਹੁਤ ਕਰਨੀ ਪਈ, 1947 'ਚ ਮਿਲਿਆ ਆਪਾਂ ਨੂੰ
ਵੋਟ ਦਾ ਖੋਲਿਆ ਸੀ, ਪਹਿਲਾਂ ਖੋਲਿਆ ਸੀ, ਖੋਲਿਆ ਸੀਗਾ ਜੀ ਜੀ, ਕਿਉਂਕਿ ਜਿੱਦਾਂ ਆਪਣਾ ਹੱਕ ਸੀਗਾ ਵੀ ਆਪਾਂ ਬ੍ਰਿਟਿਸ਼ ਸਬਜੈਕਟ ਸੀਗੇ, ਇਸ ਕਰਕੇ ਕਿਉਂਕਿ ਇੰਡੀਆ ਬ੍ਰਿਟਿਸ਼ ਕੋਲੋਨੀ ਸੀ, ਕੈਨੇਡਾ ਵੀ, ਕੈਨੇਡਾ ਬ੍ਰਿਟਿਸ਼ ਕੋਲੋਨੀ ਸੀ, ਸੋ ਸਾਨੂੰ ਹੱਕ ਸੀਗਾ ਬਜ਼ੁਰਗਾਂ ਨੂੰ ਵੀ ਅਸੀਂ ਇੱਥੇ ਆ ਸਕੀਏ, ਲੇਕਿਨ ਇਹਨੇ ਉਹ ਵੀ ਹੱਕ ਖੋਲਿਆ ਸੀਗਾ। ਔਰ 1914 ਵਿੱਚ ਜਦ ਆਪਣਾ ਗੁਰਦਿੱਤ ਸਿੰਘ ਨੇ ਕਾਮਾਗਟਾ ਮਾਰੂ ਲਿਆਂਦਾ, ਠੀਕ ਹੈ ਉਹ ਬਿਜ਼ਨਸਮੈਨ ਸੀਗਾ, ਲੇਕਿਨ ਉਹਦਾ ਇੱਕ ਰੀਜ਼ਨ ਇਹ ਸੀਗਾ ਵੀ ਅਸੀਂ ਵੀ ਕੋਲੋਨੀ ਹਾਂ, ਕੈਨੇਡਾ ਵੀ ਕੋਲੋਨੀ ਹੈ, ਚੈਲੰਜ ਕੀਤਾ, ਨਿਊਜ਼ੀਲੈਂਡ ਆਸਟ੍ਰੇਲੀਆ ਵਗੈਰਾ ਕੋਲੋਨੀ ਸੀ, ਵੀ ਇਸ ਕਰਕੇ ਵੀ ਸ਼ੁਡ ਹੈਵ ਦਾ ਰਾਈਟ, ਸਾਨੂੰ ਹੱਕ ਹੋਣਾ ਚਾਹੀਦਾ। ਲੇਕਿਨ ਤੁਹਾਨੂੰ ਪਤਾ ਕੀ ਹੋਇਆ ਕਾਮਾਗਟਾ ਮਾਰਨ ਨੂੰ, ਬਈ ਇੱਥੇ ਹੀ ਨਹੀਂ ਸਗੋਂ ਵੱਜ ਵੱਜ ਘਾਟ ਕਲਕੱਤੇ ਗਿਆ ਨਾ ਵੀ ਮਾਰਾ, ਉੱਥੇ ਮਾਰੇ ਕਿੰਨੇ ਬੰਦੇ ਮਾਰੇ, ਗੋਲੀਆਂ ਚੱਲੀਆਂ, ਇਹ ਗੋਲੀਆਂ ਚੱਲੀਆਂ ਹਾਂਜੀ। ਸੋ ਬੇਇਨਸਾਫੀਆਂ ਬਹੁਤ ਹੋਈਆਂ, ਬੇਇਨਸਾਫੀ ਇਕੱਲੀ ਆਪਣੀ ਕਮਿਊਨਿਟੀ ਨਾਲ ਹੀ ਨਹੀਂ ਹੋਈ, ਚੀਨੀਆਂ ਨਾਲ ਵੀ, ਉਹ ਹੈੱਡ ਟੈਕਸ ਲਾਇਆ ਚੀਨੀਆਂ 'ਤੇ, $500 ਉਹਨਾਂ ਨੂੰ ਹੈੱਡ ਟੈਕਸ ਦੇਣਾ ਪੈਂਦਾ ਸੀਗਾ, ਜਪਾਨੀਆਂ ਨੂੰ ਦੇਖੋ ਸੈਕਿੰਡ ਵਰਲਡ ਵਾਰ 'ਚ ਬਾਹਰ ਕੱਢਿਆ। ਸੋ ਕਾਫੀ ਹੋਈਆਂ, ਲੇਕਿਨ ਇੱਕ ਦਾਦ ਦੇਣੀ ਚਾਹੀਦੀ ਹੈ ਵੀ ਇਸ ਵੇਲੇ ਕੈਨੇਡਾ ਬਹੁਤ ਅੱਗੇ ਆ ਗਿਆ, ਔਰ ਇਸ ਵੇਲੇ ਆਪਾਂ ਹਰ ਇੱਕ ਕਮਿਊਨਿਟੀ ਦਾ ਸਤਿਕਾਰ। ਜਿਸ ਤਰ੍ਹਾਂ ਹੁਣ ਤੁਸੀਂ ਦੱਸਿਆ ਕਿ ਉਹਨਾਂ ਵੇਲਿਆਂ ਦੇ ਵਿੱਚ ਇੱਥੇ ਰੇਸਿਜ਼ਮ ਬਹੁਤ ਸੀ, ਇੱਕ ਦੂਸਰੇ ਨਸਲਵਾਦ, ਨਸਲਵਾਦੀ ਲੋਕ, ਫਿਰਕਾ ਪ੍ਰਸਤ ਕਾਫੀ ਲੋਕ ਸਨ, ਹਾਂਜੀ ਹੁਣ ਵੀ ਹੈ ਜੀ ਮਾੜਾ ਮੋਟਾ, ਤੁਹਾਨੂੰ ਲੱਗਦਾ ਕਿਸੇ ਨੂੰ ਬਹੁਤ ਘੱਟ ਆ ਅੱਗੇ ਨੂੰ, ਕਿਉਂਕਿ ਹੁਣ ਤਿੰਨੇ ਹੀ ਕਮਿਊਨਿਟੀਆਂ ਬਹੁਤ ਪਾਵਰਫੁਲ ਹੋ ਗਈਆਂ। ਹੁਣ ਆਪਣੀ ਪੰਜਾਬੀ ਕਮਿਊਨਿਟੀ ਲੈ ਲਓ ਜਾਂ ਇੰਡੋ ਕੈਨੇਡੀਅਨ ਕਮਿਊਨਿਟੀ ਲੈ ਲਓ ਜਾਂ ਸਾਊਥ ਏਸ਼ੀਅਨ ਕਮਿਊਨਿਟੀ ਲੈ ਲਓ, ਆਪਾਂ ਬਹੁਤ ਸਟਰੋਂਗ ਆ ਹੁਣ, ਆਪਣਾ ਬੱਲੇ ਬੱਲੇ ਪੋਲੀਟੀਕਲੀ ਵੀ, ਹਰ ਪਾਸੇ ਪੋਲੀਟੀਕਲੀ, ਫਾਈਨੈਂਸ਼ੀਅਲੀ, ਬਿਜ਼ਨਸ ਵਾਈਜ਼, ਐਕਾਡੈਮਿਕਲੀ, ਐਜੂਕੇਸ਼ਨ ਲੈ ਲਓ, ਟੈਕਨੋਲੋਜੀ ਲੈ ਲਓ, ਆਪਾਂ ਸਾਰਿਆਂ ਨੂੰ ਅੱਗੇ ਹਾਂ। ਅਤੇ ਇਸੇ ਤਰ੍ਹਾਂ ਹੁਣ ਚਾਈਨੀਜ਼ ਕਮਿਊਨਿਟੀ ਵੀ ਕਾਫੀ ਉੱਭਰ ਰਹੀ ਆ, ਜੈਪਨੀਜ਼ ਕਮਿਊਨਿਟੀ ਹੁਣ ਥੋੜ੍ਹੀ ਜਿਹੀ ਘੱਟ ਆ, ਲੇਕਿਨ ਇਸ ਕਰਕੇ ਜਿਹੜਾ ਸਤਿਕਾਰ ਆ ਆਪਾਂ ਨੂੰ ਦਿੱਤਾ ਨਹੀਂ ਗਿਆ, ਆਪਾਂ ਅਰਨ ਕੀਤਾ ਲਿਆ ਆ ਜੀ ਜੀ, ਹਾਂਜੀ। ਸੋ ਇਮੀਗ੍ਰੇਸ਼ਨ ਬੰਦ ਜਦ ਹੋਈ ਨਾ ਦਵਿੰਦਰ, ਤਾਂ ਉਦੋਂ ਆਪਣਾ ਐਟ ਏ ਟਾਈਮ ਮੇਰਾ ਖਿਆਲ ਹੈ 1911-12-13 ਦੇ ਕਰੀਬ ਸਿਰਫ ਆਪਣਾ 900 ਬੰਦਾ ਰਹਿ ਗਿਆ ਸੀ, ਬਾਕੀ ਕਿੱਥੇ ਗਏ ਸੀ, ਕਿਉਂਕਿ ਜਿੱਦਾਂ ਕੁਛ ਨੂੰ ਉਦੋਂ ਜਾਣਾ ਪਿਆ, ਬੈਕ ਚਲੇ ਗਿਆ, ਬਾਕੀ ਜਦ ਇਮੀਗ੍ਰੇਸ਼ਨ ਨਹੀਂ ਆਉਂਦੀ, ਨਵੇਂ ਨਹੀਂ ਆਉਂਦੇ, ਤਾਂ ਨੈਚੁਰਲ ਤੁਹਾਡੇ ਘਟੇ ਜਾਂਦੇ ਆ। ਸੋ ਉਸ ਤੋਂ ਬਾਅਦ 1927-28 ਦੇ ਕਰੀਬ ਫਿਰ ਦੁਬਾਰਾ ਇਮੀਗ੍ਰੇਸ਼ਨ ਸ਼ੁਰੂ ਹੋਈ। ਪਹਿਲਾਂ ਸੀਗਾ ਕੋਟਾ ਸਿਸਟਮ, ਕੋਟਾ ਸਿਸਟਮ ਜਿਹੜਾ ਆਲਮੋਸਟ 1964-65 ਤਾਂ ਹੀ ਰਿਹਾ ਉਹੀ ਸਿਸਟਮ, ਹਾਂ ਪਹਿਲਾਂ 100 ਬੰਦੇ ਨੂੰ ਆਪਣੇ ਇੰਡੀਆ ਤੋਂ ਆਉਣ ਦਿੰਦੇ, ਫਿਰ 300 ਸਾਲ ਦੇ ਵਿੱਚ ਜੀ, ਸਾਲ ਦਾ, ਹਾਂਜੀ ਸਿਰਫ 100 ਬੰਦਾ, ਅੱਛਾ ਫਿਰ 300, ਅਤੇ 1967 ਵਿੱਚ, ਅੱਛਾ ਜੀ, ਓਕੇ ਲੈਟਸ ਮੂਵ ਲਿਟਲ ਬਿਟ। ਸੋ ਆਪਣੀ ਕਮਿਊਨਿਟੀ ਦੇ ਤਕਲੀਫਾਂ ਬਹੁਤ ਘਟੀਆਂ, ਆਪਣੀ ਕਮਿਊਨਿਟੀ ਦੇ ਮੈਂ ਤਿੰਨਾਂ ਭਾਗਾਂ 'ਚ ਬਣਦਾ ਦੌਰ ਜਿਹੜੇ ਆ। ਉਹ ਕਿਹੜੇ ਤਿੰਨ ਭਾਗਾਂ ਦੇ ਦੌਰ ਨੇ ਆਪਾਂ ਗੱਲ ਕਰਾਂਗੇ, ਸਮਾਂ ਫਿਰ ਤੋਂ ਬ੍ਰੇਕ ਦਾ। ਦੋਸਤੋ ਬਹੁਤ ਜਾਣਕਾਰੀ ਭਰਪੂਰ ਪ੍ਰੋਗਰਾਮ ਅਸੀਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ, ਸਾਡੇ ਇਸ ਪ੍ਰੋਗਰਾਮ ਦੇ ਪ੍ਰਤੀ ਤੁਹਾਡੀ ਕੋਈ ਵੀ ਰਾਏ ਹੋਵੇ ਸਾਡੇ ਤੱਕ ਜ਼ਰੂਰ ਲਿਖ ਕੇ ਭੇਜਿਓ, ਅਸੀਂ ਉਡੀਕ ਵਿੱਚ ਰਹਾਂਗੇ। ਸਮਾਂ ਬ੍ਰੇਕ ਦਾ ਹੈ। ਤੁਹਾਡੀ ਅਤੇ ਸਾਡੀ, ਯਾਨੀ ਕਿ ਸਾਡੀ ਸਾਰਿਆਂ ਦੀ ਜ਼ਿੰਦਗੀ ਨਾਲ ਸੰਬੰਧਿਤ ਮਸਲੇ, ਕੁਝ ਦੇਸ਼ ਦੇ, ਕੁਝ ਪ੍ਰਦੇਸ਼ ਦੇ, ਕੁਝ ਵਿਦੇਸ਼ ਦੇ, ਕੁਝ ਇਤਿਹਾਸ ਦੇ, ਕੁਝ ਮਿਥਿਹਾਸ ਦੇ, ਕੁਝ ਸਮਾਜ ਦੇ, ਕੁਝ ਰਾਜਨੀਤੀ ਦੇ, ਕੁਝ ਚੰਗੇ ਵੀ, ਕਦੇ ਕਦੇ ਮਾੜੇ ਵੀ, ਅਸੀਂ ਸਾਰੇ ਮਸਲੇ ਵਿਚਾਰਦੇ ਹਾਂ। ਤੁਸੀਂ ਦੇਖ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਤੱਕ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਐਟ ਪ੍ਰਾਈਮ ਏਸ਼ੀਆ ਟੀਵੀ। ਦੋਸਤੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਵੇਖ ਰਹੇ ਹੋ, ਉਮੀਦ ਕਰ ਰਿਹਾ ਹਾਂ ਕਿ ਤੁਹਾਨੂੰ ਪ੍ਰੋਗਰਾਮ ਚੰਗਾ ਲੱਗ ਰਿਹਾ ਹੋਵੇਗਾ। ਪ੍ਰਾਈਮ ਏਸ਼ੀਆ ਤੁਹਾਡਾ ਆਪਣਾ, ਤੁਹਾਡੇ ਆਪਣੇ ਲਈ। ਆਓ ਅੱਜ ਦੀ ਇਸ ਮੁਲਾਕਾਤ ਨੂੰ ਹੋਰ ਅੱਗੇ ਤੋਰਦੇ ਹਾਂ। ਸੰਘੇੜਾ ਸਾਹਿਬ ਕਹਿੰਦੇ ਨੇ ਕਿ ਮੈਂ ਇਹਨਾਂ ਨੂੰ ਤਿੰਨ ਭਾਗਾਂ ਵਿੱਚ ਵੰਡਦਾ ਹਾਂ, ਉਹ ਤਿੰਨ ਭਾਗ ਕਿਹੜੇ ਕਿਹੜੇ ਨੇ ਉਹ ਜਾਣੀਏ, ਉਹ ਕਿਹੜੇ ਆ ਜੀ? ਹਾਂਜੀ, ਜਿਹੜਾ ਪਹਿਲਾ ਭਾਗ ਆ ਬੈਨੀਪਾਲ ਸਾਹਿਬ, ਉਹ ਹੈਗਾ 1880-85 ਤੋਂ 1947 ਤੱਕ। ਅੱਛਾ ਜੀ, ਇਹ ਆਪਣੀ ਸਟਰਗਲ ਸੀ, ਜਦੋਂ ਜ਼ਿਆਦਾ ਦਾ ਸਮਾਂ ਸੀਗਾ, ਕਿਉਂਕਿ ਜਦੋਂ ਜ਼ਿਆਦਾ ਆਪਣੀ ਕਮਿਊਨਿਟੀ ਨੂੰ ਬਹੁਤ ਕਰਨੀ ਪਈ, ਔਰ ਉਹਨਾਂ ਬਜ਼ੁਰਗਾਂ ਨੂੰ ਸਲਾਮ ਹੈ, ਉਹਨਾਂ ਬਜ਼ੁਰਗਾਂ ਨੂੰ ਆਪਾਂ ਨੂੰ ਜਿੱਦਾਂ ਅਪਰੀਸ਼ੀਏਟ ਇਨਫ ਨਹੀਂ ਕਰ ਸਕਦੇ, ਕਿਉਂਕਿ ਉਹਨੀ ਬੜੇ ਔਖੇ ਹੋ ਗਏ, ਥੋੜ੍ਹਾ ਜਿੰਨਾ ਵੀ ਕਰੀਏ ਉਹਨੇ ਥੋੜ੍ਹਾ, ਕਿਉਂਕਿ ਉਹਨਾਂ ਨੇ ਆਪਣੀ ਮਿਹਨਤ ਸਦਕਾ ਔਰ ਆਪਣੀ ਡਿਟਰਮੀਨੇਸ਼ਨ ਸਦਕਾ, ਕਿਉਂਕਿ ਇੱਕ ਬਿਲਕੁਲ ਨਵੇਂ ਮੁਲਕ ਵਿੱਚ ਆਉਣਾ, ਜ਼ਬਾਨ ਨਹੀਂ ਆਉਂਦੀ, ਲੋਕ ਤੁਹਾਨੂੰ ਐਕਸੈਪਟ ਨਹੀਂ ਕਰਦੇ, ਪੜ੍ਹੇ ਲਿਖੇ ਵੀ ਨਾ ਸੀਗੇ, ਅਨਪੜ੍ਹ ਮੋਸਟਲੀ ਸੀਗੇ, ਬਹੁਤ ਥੋੜ੍ਹੇ ਪੜ੍ਹੇ ਹੋਏ ਸੀਗੇ। ਸੋ ਉਹ ਬਹੁਤ ਜੱਦੋ ਜਹਿਦ ਦਾ ਸਮਾਂ ਸੀ, ਜਿਹੜਾ 1947 ਤੋਂ 1970 ਤਾਈਂ ਆ, ਜਦ ਵਿਜ਼ਟਰ ਆਉਣ ਲੱਗ ਪਿਆ, ਅਸਲ ਫਰਕ ਉਦੋਂ ਪਿਆ, ਆਪਣੀ ਉਦੋਂ ਵਧਣ ਲੱਗ ਪਈ, ਉਦੋਂ ਕਾਫੀ ਲੋਕ ਆਏ ਨੇ, ਹਾਂਜੀ 1971-72 'ਚ ਆਪਣੇ ਵਿਜ਼ਟਰ ਬਹੁਤ ਆਏ ਆ। ਅੱਛਾ ਜੀ, ਅਤੇ ਉਹ ਜਿਹੜਾ ਆ ਉਹ ਮੈਂ ਸਮਝੂਗਾ ਵੀ ਕੰਸੋਲੀਡੇਸ਼ਨ ਦਾ,
ਕਿਉਂਕਿ ਉਦੋਂ ਆਪਣੀਆਂ ਕਈ ਕੰਪਨੀਆਂ ਵੀ ਸ਼ੁਰੂ ਹੋਈਆਂ ਜਿੱਦਾਂ ਮੇਓ ਵਰਗੇ ਆ ਨਾ, ਮੇਓ ਸੀਗੇ ਕਪੂਰ ਸਿੰਘ ਹੋਣੀ ਸਾਰੇ, ਅਤੇ ਇਹਨਾਂ ਨੇ ਆਪਣੀਆਂ ਕੰਪਨੀਆਂ ਕੁਪਨੀਆਂ ਮਾਈਨਿੰਗ 'ਚ ਆਪਣੀਆਂ ਕੰਪਨੀਆਂ ਮਾਈਨਿੰਗ ਕੰਪਨੀਆਂ ਬਣਾਈਆਂ, ਮਿੱਲਾਂ ਦੇ ਮਾਲਕ ਬਣ ਗਿਆ, ਤਾਂ ਮਿੱਲਾਂ ਨੂੰ ਸੋ ਇਹ ਕੰਸੋਲੀਡੇਸ਼ਨ ਦਾ ਸੀਗਾ ਅਤੇ ਥੋੜ੍ਹੀ ਜਿਹੀ ਰੈਕਗਨੀਸ਼ਨ ਹੋਣ ਲੱਗ ਪਏ। ਲੇਕਿਨ ਜਿਹੜਾ ਜਦ ਵਿਜ਼ਟਰ ਆਇਆ 1971-72 'ਚ, ਮੋਸਟਲੀ 71-72 'ਚ ਆਇਆ, ਉਹ ਤੋਂ ਬਾਅਦ ਫਿਰ ਸਮਝੋ ਬਿਲਕੁਲ ਡਾਇਨਾਮਿਕਸ ਚੇਂਜ ਹੋ ਗਿਆ। ਅੱਛਾ, ਕਿਉਂਕਿ ਆਪਣੀ ਕਮਿਊਨਿਟੀ ਵਧਣ ਲੱਗ ਪਈ, ਆਪਣੇ ਪੜ੍ਹੇ ਲਿਖੇ ਨੌਜਵਾਨ ਆ ਗਏ, ਕਾਫੀ ਉਦੋਂ ਨੌਜਵਾਨ ਪੜ੍ਹੇ ਪੁੜ੍ਹੇ ਲਿਖੇ ਕਾਫੀ, ਉਦੋਂ ਤੁਸੀਂ ਦੇਖਿਆ ਹੋਊਗਾ BA MA ਕਾਫੀ ਲੱਗ ਪਏ ਸੀ ਲੋਕ। ਹਾਂਜੀ, ਅਤੇ ਉਹਦੇ ਨਾਲ ਜਿਹੜਾ ਬਿਲਕੁਲ ਡਾਇਨਾਮਿਕਸ ਚੇਂਜ ਹੋ ਗਿਆ। ਅਤੇ ਅੱਜ ਤੁਸੀਂ ਦੇਖ ਲਓ ਵੀ ਆਪਣੀ ਕਮਿਊਨਿਟੀ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਆ, ਸਾਰਿਆਂ ਨਾਲੋਂ ਵੱਡੀ ਮਾਈਨੋਰਟੀ ਕਮਿਊਨਿਟੀ ਆ, 1.3 million ਆ, ਜਿਹਦੇ 'ਚੋਂ ਘੱਟੋ ਘੱਟ 7 lakh ਪੰਜਾਬੀ ਆ, 7-8 lakh ਪੰਜਾਬੀ ਆ, ਕਾਫੀ ਵੱਡਾ ਨੰਬਰ ਹੈ ਜੀ, ਬਹੁਤ ਵੱਡਾ ਨੰਬਰ ਹੈ। ਹਾਂਜੀ, ਅਤੇ ਬਾਕੀ ਵੀ ਕਮਿਊਨਿਟੀਆਂ ਨੇ ਕਾਫੀ ਤਰੱਕੀ ਕੀਤੀ, ਚਾਈਨੀਜ਼ ਕਮਿਊਨਿਟੀ ਅਤੇ ਨਾਲ ਦੀ ਨਾਲ, ਸੋ ਇਸ ਕਰਕੇ ਜਿਹੜੇ ਆਪਣਾ ਜਿਹੜਾ ਤੀਜਾ ਦੌਰ ਆ ਉਹਨੂੰ ਮੈਂ ਸਮਝਦਾ ਵੀ ਆਪਣਾ ਤਰੱਕੀ ਦਾ ਦੌਰ ਆ, ਗਰੋਥ ਦਾ ਦੌਰ ਹੈ ਜਿਹੜਾ ਹੁਣ ਚੱਲ ਰਿਹਾ, ਜਿਹੜਾ ਹੁਣ ਕਰ ਰਿਹਾ। ਹੁਣ ਦਾ ਤਾਂ ਮੈਂ ਕਹਿੰਦਾ ਵੀ ਆਪਣਾ ਇੱਕ ਗੋਲਡਨ ਸੁਨਹਿਰੀ ਸਮਾਂ, ਗੋਲਡਨ ਐਰਾ ਹੈ ਆਪਣਾ, ਇੱਕ ਸੁਨਹਿਰੀ ਯੁੱਗ ਆ ਪੰਜਾਬੀ ਕਮਿਊਨਿਟੀ ਲਈ। ਹੁਣ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਕਿ ਪੋਲੀਟੀਕਲੀ ਵੀ ਬਹੁਤ ਗੇਨ ਕੀਤਾ, ਫਾਈਨੈਂਸ਼ਲੀ ਵੀ ਕੀਤਾ, ਅਸੀਂ ਰੁਜ਼ਗਾਰ ਲੈਣ ਆਏ ਸੀ, ਹੁਣ ਰੁਜ਼ਗਾਰ ਦੇਣ ਵਾਲਿਆਂ 'ਚ ਅਸੀਂ। ਹਾਂਜੀ ਬਿਲਕੁਲ। ਹੁਣ ਤੁਸੀਂ ਦੇਖੋ ਵੀ ਘੱਟੋ ਘੱਟ 4 ਕੈਬਨਿਟ ਦੇ ਵਿੱਚ ਸਾਡੇ ਕੈਬਨਿਟ ਮਿਨਿਸਟਰ ਬੈਠੇ ਆ ਫੈਡਰਲੀ, ਬਿਲਕੁਲ, ਬਹੁਤ ਸਾਰੇ ਸੂਬਿਆਂ ਦੇ ਵਿੱਚ ਸਾਡੇ MLA ਨੇ, ਉੱਥੇ ਵੀ ਸਾਡੇ ਮਿਨਿਸਟਰ ਨੇ, ਬਹੁਤ ਸਾਰੀਆਂ ਥਾਵਾਂ 'ਤੇ ਮੇਅਰ ਨੇ, ਬਹੁਤ ਸਾਰੀਆਂ ਥਾਵਾਂ 'ਤੇ ਕੌਂਸਲਰ ਨੇ, MLAs ਨੇ, ਹਾਂਜੀ, MP ਘੱਟੋ ਘੱਟ 20 ਦੀ ਨੇੜ ਤੇੜ ਨੇ, ਬਿਲਕੁਲ। ਸੋ ਹੁਣ ਜਦੋਂ ਮੀਡੀਆ ਜਿਹਨਾਂ ਵੇਲਿਆਂ ਦੇ ਵਿੱਚ ਸਾਡੀ ਕੋਈ ਗੱਲ ਕਿਤੇ ਪਹੁੰਚਾ ਹੀ ਨਹੀਂ ਸੀ ਸਕਦਾ, ਹੁਣ 24-24 ਘੰਟੇ ਚੱਲਣ ਵਾਲੇ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਵਰਗੇ ਚੈਨਲ ਨੇ, ਰੇਡੀਓ ਸਟੇਸ਼ਨ ਨੇ, ਅਖਬਾਰਾਂ ਸਾਡੀਆਂ ਨੇ, ਹਾਂਜੀ। ਸੋ ਇਹ ਦੱਸੋ ਜਿਹੜਾ ਹੁਣ ਦਾ ਪੀਰੀਅਡ ਹੈ, ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਜਦੋਂ ਸਾਡੇ ਬਜ਼ੁਰਗਾਂ ਕੋਲ ਨਾ ਜ਼ੁਬਾਨ ਸੀ, ਨਾ ਮੀਡੀਆ ਸੀ, ਨਾ ਪੋਲੀਟੀਕਲੀ ਕੋਈ ਗੱਲਬਾਤ ਸੀ, ਉਹਨਾਂ ਨੇ ਤਰੱਕੀ ਜ਼ਿਆਦਾ ਕੀਤੀ ਜਾਂ ਹੁਣ ਆਪਾਂ ਕਰ ਰਹੇ ਹਾਂ ਇੰਨਾ ਕੁਛ ਹੋਣ ਦੇ ਬਾਵਜੂਦ? ਮੇਰੇ ਖਿਆਲ ਵਿੱਚ ਜਿਹੜੀ ਉਹ ਜਿਸ ਦੌਰ 'ਚੋਂ ਉਹ ਲੰਘ ਰਹੇ ਸੀਗੇ, ਉਹਨਾਂ ਦੀ ਕੁਰਬਾਨੀ ਜ਼ਿਆਦਾ ਆ। ਅੱਛਾ, ਜਿੱਦਾਂ ਤਰੱਕੀ ਭਾਵੇਂ ਹੁਣ ਹੋ ਜ਼ਿਆਦਾ ਹੋ ਰਹੀ ਆ, ਲੇਕਿਨ ਉਹਨਾਂ ਦੀ ਕੁਰਬਾਨੀਆਂ ਸਦਕਾ, ਸਾਰਾ ਕੁਛ ਉਹਨਾਂ ਦੀ ਕੁਰਬਾਨੀਆਂ ਸਦਕਾ ਅਸੀਂ ਅੱਜ ਇਹ ਸੋਹਣਾ ਜੀਵਨ ਇੰਜੋਏ ਕਰ ਰਹੇ ਹਾਂ ਉਹਨਾਂ ਕਰਕੇ। ਹੁਣ ਦਵਿੰਦਰ ਦੇਖੋ, ਦਿੱਲੀ ਤੋਂ ਆਪਣੇ ਪੰਜਾਬ ਤੋਂ, ਲੈਟਸ ਸੇ ਮੇਰਾ ਪਿੰਡ ਫਰਵਾਲਾ ਆ, ਜਲੰਧਰ ਜ਼ਿਲ੍ਹੇ ਦੇ ਕੋਲ, ਨੂਰ ਮਹਿਲ ਦੇ ਕੋਲ, ਫਰਵਾਲੇ ਤੋਂ ਕੋਈ ਬੰਦਾ ਆਉਂਦਾ ਦਿੱਲੀਓ ਪਲੇਨ 'ਤੇ ਚੜ੍ਹ ਜਾਂਦਾ, ਵੈਨਕੂਵਰ ਏਅਰਪੋਰਟ 'ਤੇ ਉਤਰਦਾ, ਆਪਾਂ ਲੈ ਆਉਂਦੇ ਉਹਨੂੰ ਸਰੀ, ਫਿਕਰੀ ਹੈ ਨਹੀਂ, ਸਰੀ ਲੈ ਆਉਂਦੇ ਹਾਂ, ਉਹ ਇੱਥੇ ਆਪਣੇ ਇੰਪਲੋਇਮੈਂਟ ਉਹਨੂੰ ਪੰਜਾਬੀ ਮਿਲ ਜਾਂਦੀ, ਉਹਨੂੰ ਇੱਕ ਵੀ ਇੰਗਲਿਸ਼ ਦਾ ਲਫ਼ਜ਼ ਪਾਉਣ ਨਾ ਆਉਂਦਾ ਹੋਵੇ, ਉਹਦਾ ਬਣ ਜਾਂਦਾ ਬੈਂਕ ਜਾਓ ਉੱਥੇ ਪੰਜਾਬੀ, ਹਰ ਥਾਂ ਪੰਜਾਬੀ। ਇਸੇ ਤਰ੍ਹਾਂ ਚਾਈਨੀਜ਼ ਕਮਿਊਨਿਟੀ ਆ, ਉਹ ਤੋਂ ਉਹਨਾਂ 'ਚ ਕੋਈ ਆਉਂਦਾ ਰਿਚਮੰਡ ਚਲੇ ਜਾਂਦਾ, ਰਿਚਮੰਡ ਚਾਈਨੀਜ਼ ਬਿਜ਼ਨਸ ਨਾਲ ਕੰਮ ਕਰਦਾ, ਉਹਨੂੰ ਵੀ ਇੱਕ ਵੀ ਲਫ਼ਜ਼ ਪੰਜਾਬੀ। ਇਸ ਸਿਲਸਿਲੇ ਵਿੱਚ ਇੱਕ ਮੈਂ ਤੁਹਾਡੇ ਨਾਲ ਹੋਰ ਸਾਂਝ ਪਾਉਣੀ ਚਾਹੁੰਦਾ, ਕਿਉਂਕਿ ਠੀਕ ਹੈ ਆਪਣੀ ਕਮਿਊਨਿਟੀ ਨੇ ਤਰੱਕੀ ਬਹੁਤ ਕਰ ਲਈ ਆ, ਚਾਈਨੀਜ਼ ਕਮਿਊਨਿਟੀ ਨੇ ਵੀ, ਲੇਕਿਨ ਜਿਹੜੀ ਸਾਡਾ ਡਾਊਨਫਾਲ ਆ, ਇੱਕ ਤਾਂ ਇੱਥੋਂ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਉਹਨਾਂ ਨੂੰ ਸਾਨੂੰ ਸਤਿਕਾਰਨਾ ਚਾਹੀਦਾ, ਉਹ ਅਡੋਪਟ ਕਰਨੀਆਂ ਚਾਹੀਦੀਆਂ, ਅਡੋਪਟ ਕਰਨੀਆਂ ਚਾਹੀਦੀਆਂ, ਕਿਉਂਕਿ ਇਹ ਮੁਲਕ ਬਹੁਤ ਸੋਹਣਾ, ਜਿਹੜੇ ਲਾਅ ਬਣਾਏ ਉੱਥੋਂ ਦੇ ਬੜੇ ਸੋਹਣ, ਬਹੁਤ ਸੋਹਣੇ ਆ, ਜੇ ਅਸੀਂ ਉਹਨਾਂ ਨੂੰ ਤੋੜ ਮੋੜ ਕਰੀਏ ਉਹ ਵੀ ਨੋ ਗੱਡਿਆ। ਦੂਜੇ ਸਾਨੂੰ ਇਹ ਨਹੀਂ ਚਾਹੀਦਾ ਵੀ ਅਸੀਂ ਆਪਣੀਆਂ ਐਥਨਿਕ ਐਨਕਲੇਵਸ ਬਣਾ ਲਈਏ, ਆਪਣੇ ਸਾਇਲੋ ਬਣਾ ਲਈਏ, ਸਾਨੂੰ ਚਾਹੀਦਾ ਵੀ ਅਸੀਂ ਇੰਗਲਿਸ਼ ਜ਼ਰੂਰ ਲਰਨ ਕਰੀਏ। ਸਾਨੂੰ ਮਾਣ ਆ ਵੀ ਪੰਜਾਬੀ ਇਸ ਵੇਲੇ ਕੈਨੇਡਾ ਦੀ ਤੀਜੀ ਸਭ ਤੋਂ ਬੋਲਣ ਵਾਲੀ ਜ਼ਬਾਨ ਆ, ਅਸੀਂ ਪੰਜਾਬੀ ਲਈ ਬਹੁਤ ਕੋਸ਼ਿਸ਼ ਕਰ ਰਹੇ ਹਾਂ, ਲੇਕਿਨ ਫਿਰ ਵੀ ਅਸੀਂ ਚਾਹੁੰਦੇ ਹਾਂ ਵੀ ਸਾਡੇ ਬਜ਼ੁਰਗਾਂ ਨੂੰ, ਸਾਡੇ ਜਿਹੜੇ ਵੀ ਆਉਂਦੇ ਆ ਇੱਥੇ ਨਵੇਂ ਇਮੀਗ੍ਰੈਂਟ ਲਾ ਲਓ ਜਾਂ ਇੱਥੋਂ ਵਾਲੇ, ਉਹਨਾਂ ਨੂੰ ਅੰਗਰੇਜ਼ੀ ਵੀ ਆਉਣੀ ਚਾਹੀਦੀ ਤਾਂ ਕਿ ਉਹ ਮੇਨ ਸਟ੍ਰੀਮ ਦਾ ਪਾਰਟ ਬਣ, ਉਹਦਾ ਹਿੱਸਾ ਬਣ। ਸੋ ਇੱਥੋਂ ਇਹ ਦੋ ਚੀਜ਼ਾਂ, ਕੈਨੇਡਾ ਸਾਨੂੰ ਆਪਣਾ ਮੁਲਕ ਲੱਗੇ, ਬਿਲਕੁਲ ਜੀ ਬਿਲਕੁਲ, ਕਿਉਂਕਿ ਜੇ ਤੁਸੀਂ ਆਪਣੇ ਆਪ 'ਚ ਰਹਿੰਦੇ ਆ ਤਾਂ ਉਹ ਤੁਸੀਂ ਦੁਨੀਆ ਬਹੁਤ ਵੱਡੀ ਆ, ਤੁਹਾਨੂੰ ਤੁਸੀਂ ਇੰਜੋਏ ਨਹੀਂ ਕਰਦੇ। ਸੋ ਇਸ ਕਰਕੇ ਇਹ ਵੀ ਮੈਂ ਤੁਹਾਡੇ ਥਰੂ ਅਪੀਲ ਕਰਨੀ ਚਾਹੁੰਦਾ ਵੀ ਆਪਾਂ ਨੂੰ ਇਹ ਦੋ ਚੀਜ਼ਾਂ ਕਰਨੀਆਂ ਚਾਹੀਦੀਆਂ। ਨੰਬਰ ਇੱਕ, ਆਪਾਂ ਇੱਥੋਂ ਦੇ ਲਾਅ ਜਿਹੜੇ ਆ ਉਹਨਾਂ ਨੂੰ ਪੂਰੀ ਤਰ੍ਹਾਂ ਅਡੋਪਟ ਕਰੀਏ, ਅਡੈਪਟ ਕਰੀਏ। ਦੂਜਾ ਹੈਗਾ ਵੀ ਆਪਾਂ ਕੋਸ਼ਿਸ਼ ਕਰੀਏ ਮੇਨ ਸਟ੍ਰੀਮ ਨਾਲ ਇੰਟਰੈਕਟ ਕਰਨ ਦੀ, ਰੀਚ ਆਊਟ ਕਰਨ ਦੀ। ਅੱਛਾ, ਹੁਣ ਆਪਾਂ ਇਹ ਗੱਲਾਂ ਬਾਤਾਂ ਨਾਲੋਂ ਨਾਲ ਕਰਦੇ ਜਾਣਾ, ਮੈਂ ਇਹ ਜ਼ਰੂਰ ਜਾਣਨਾ ਚਾਹਾਂਗਾ ਜਿਸ ਤਰ੍ਹਾਂ ਮੈਂ ਪਹਿਲਾਂ ਸ਼ੁਰੂ 'ਚ ਕਿਹਾ ਸੀ ਕਿ ਕੈਨੇਡਾ ਦਾ 150 ਸਾਲਾ ਜਨਮਦਿਨ ਸਾਰੇ ਦੁਨੀਆ ਭਰ ਦੇ ਜਿੱਥੇ ਕਿਤੇ ਵਾਸਤੇ ਕੈਨੇਡੀਅਨ ਨੇ, ਭਾਵੇਂ ਉਹ ਕਿਸੇ ਹੋਰ ਥਾਂ 'ਤੇ ਵੀ ਗਏ ਹੋਏ ਨੇ, ਉੱਥੇ ਵੀ ਬੈਠ ਕੇ ਉਹਨਾਂ ਨੇ ਜਸ਼ਨਾਂ ਨਾਲ ਮਨਾਇਆ। ਹਾਂਜੀ, ਅਤੇ ਆਪਾਂ ਵੀ ਮਨਾ ਰਹੇ ਹਾਂ। ਮਨਾ, ਹਾਂਜੀ, ਤੁਸੀਂ ਇਸ ਨੂੰ ਕਿਵੇਂ ਅਤੇ ਕਦੋਂ ਮਨਾ ਰਹੇ ਹੋ? ਹਾਂਜੀ, ਅਸੀਂ ਗੁਰਦੁਆਰਾ ਨਾਨਕ ਨਿਵਾਸ, ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ, ਗੁਰਦੁਆਰਾ ਨਾਨਕ ਨਿਵਾਸ ਰਿਚਮੰਡ 5 Road ਰਿਚਮੰਡ ਆ, ਉੱਥੇ ਦਵਿੰਦਰ ਇਸ ਐਤਵਾਰ ਨੂੰ ਸੰਡੇ July 16 ਨੂੰ 10 ਵਜੇ ਸਟਾਰਟ ਹੋ ਜਾਣਾ, 10 ਵਜੇ ਕੀਰਤਨ ਸਟਾਰਟ ਕਰ ਦੇਣਾ ਅਸੀਂ, ਔਰ 10:30 ਵਜੇ ਜਿਹੜਾ ਤੁਸੀਂ, ਤੁਹਾਨੂੰ ਗੁਰਦੁਆਰੇ ਦੀ ਜਿਹੜੀ ਮੇਨ ਐਂਟਰੈਂਸ ਹੈ ਉਹਦੇ ਬਾਹਰ ਇੱਕ ਬਹੁਤ ਸੋਹਣੀ ਪਾਰਕ ਆ ਸਾਡੀ,
जिते फुहारे वगैरह है उत्थे इकट्ठे होना वी आई पी असं काफ़ी सदो आ अच्छा जी उत्थे पहला तो अरदास करनी है अच्छा शुरू अरदास नाल करना सी क्योंकि अपना गुरु घर है चाहते हैं भी महीनों वाहगुरु अगे अरदास करिए भी सारी कामयाबी हो उस तो बाद कैनेडा का नैशनल एंथम अच्छा जी ओ कैनेडा कैनेडा वह करके तो फिर अंदर लॉबी साड़ी लॉबी बहुत सोहनी है देखी है उत्थे लॉबी असी कैनेडा का 150 बर्थडे का केक रखे अच्छा जी ओ फिर साडे आसा सिंह जौहल है जिहड़े साडे चेयरमैन है बिल्कुल वो तो उन्होंने पत्नी कश्मीर कौर जौहल तो बाकी सारे कमेटी मैंबर तो वी आई पी उत्थे केक कट्टणगे अच्छा जी केक कट के उस तो बाद दीवान हाल च अप स्टेज जाना अच्छा जी जिथे प्रोग्राम होगा साडे जिहड़े पतवां ते सज्जण आए आ जिन्हां विच हरजीत सिंह सज्जण आ अच्छा उन्होंने आना साडे डिफेंस मिनिस्टर शामिल डिफेंस मिनिस्टर सुरजीत उस तो बाद जो पेस्किसलीडो आ साडे जिहड़े मैंबर पार्लीमेंट आ रिचमंड स्टीवसन दे तो रिचमंड दे मेयर मैलकम ब्रोडी जेडे तो उन्हें नाल कुछ काउंसलर उन्होंने भी आना तो साडे पुलिस चीफ नवे पुलिस चीफ आ विल एंग हाँ जी रिचमंड दे उन्हें आना हैरी बैंस भी असं इनवाइट किया वह भी पहुँच गए साडे नाल ते इस तरह होर काफ़ी पतवंते सज्जने सो सारयां नूं असीं तुहाडे थ्रू प्राइम एशिया के थ्रू असी मैं सीधा सदा दिना प्रबंधक कमेटी वालों भी आओ उस दिन आप इस मौके की रौनक बधाईए और माण महसूस करिए भी असी भी कनेडियन हाँ भी एक गल मैं कहना हूं दविंदर भी आपां नूं माण होना चाहिए अपने विरसे ते बिल्कुल अपनी बोली दे मां बोली दे अपने विरसे दे लेकिन एट द सेम टाइम सानू कनेडियन होने का भी पूरा माण होना चाहिए बिल्कुल ट्रू कनेडियन बनना चाहिए बिल्कुल जी सो इस करके असीं इनकरेज कर रहे हैं सानू नां दित्ता है नामा दित्ता है माण दित्ता है सरकार दित्ता है सिर ते छत दित्ती है शोहरत दित्ती है दौलत दित्ती है कनाडा ने मेरे ख्याल अपने तो कुछ लका के नहीं रखा सब कुछ दित्ता सब कुछ दित्ता ते दे रहा है और साडी कम्युनिटी दा बहुत माण मिलिया इस करके सानू जरूर धन्यवाद करना चाहिए अप्रीशिएट करना चाहिए और सैलीब्रेट करना चाहिए जी हुण तुसी बहुत वधिया उपराला कर रहे हो हुण मैं तुहाडे तो भी जानना चाहांगा क्योंकि ये तो तुसी दस्या इतिहास ते इतिहास के उत्ते नज़र मारी है हाँ जी इतिहासक पक्ष तुसी दसे ने कैनेडा कदों कौन आया किसने हमला करने की कोशिश की किसनों मोड़ दिता गया केड़ा कानून पास कर दिता गया केड़ा केड़ा नस्लवादी हमले साढ़े ते होंदे रहे हाँ जी हुण तुसी किहड़े साल च आए सी मैं 1966 आया सी अच्छा जी उदों दा दौर किहो जिहा सी उदों दा दौर बहुत सोहना सीगा अच्छा जिद्दां उस वेले अपनी कम्यूनिटी काफ़ी क्लोज सी अच्छा जी मैं उतों BSC करके आया सीगा अच्छा जी पंजाब यूनिवर्सिटी तो ते मेरे ब्रदर ने स्पोंसर मैनू किया सी ओ 1954 दे 55 दे आए सी अच्छा जी हां जी उन्होंने तो नस्लवादी युग पूरा देखा होना ओ नहीं देखा देखा तुसी भी होना हां जी ओ उन्हां वल उदों ज्यादा सीगा जदों जो आपां टाइम गए घटदा गया घटदा गया ते 1966 जब मैं आया तो उस वेले अपना एक ही गुरुद्वारा हुंदा खालसा दवान साड़ी वाला सैकंड एवेन्यू नहीं रॉस स्ट्रीट सैकंड एवेन्यू ते उत्थे असीं बदकिस्मती नाल वेच दित्ता गया वेचदा टू बैड आ हां जी ਉਹ ਤਾਂ ਦਵਿੰਦਰ ਭਾਅ ਜੀ ਨੇ ਮੈਨੂੰ ਲਿਆਉਣਾ ਗੁਰਬਖਸ਼ ਸਿੰਘ ਗੁਰਬਖਸ਼ ਭਾਅ ਜੀ ਮੇਰੇ ਵੱਡੇ ਜਿਹੜੇ ਅਤੇ ਉਹਨਾਂ ਨੇ ਹਰ ਇੱਕ ਨੂੰ ਇੰਟਰੋਡਿਊਸ ਕਰਾ ਦੇਣਾ ਵੀ ਆਹ ਫਲਾਨਾ ਆ ਆਹ ਪਿੰਡ ਆ ਇਹਨਾਂ ਦਾ ਸਾਰੇ ਜਾਣਦੇ ਸੀ ਇੰਨਾ ਚਿਰ ਐਵਰੀਬਾਡੀ ਨਿਊ ਐਵਰੀਬਾਡੀ ਅੱਛਾ ਜੀ ਬਹੁਤ ਬਹੁਤ ਜਿੱਦਾਂ ਸੋਹਣਾ ਮਾਹੌਲ ਸੀ ਅਤੇ ਕਮੇਟੀ ਇਲੈਕਸ਼ਨ ਹੁਣ ਦੇਖੋ ਸਾਡੇ ਗੁਰਦੁਆਰਿਆਂ ਦੀ ਦੋ ਤਿੰਨਾਂ ਦੀ ਜਦ ਇਲੈਕਸ਼ਨ ਹੁੰਦੀ ਆ ਇੰਨਾ ਪ੍ਰੋਵਿੰਸ਼ਲ ਜਾਂ ਫੈਡਰਲ ਗਵਰਨਮੈਂਟ ਜ਼ੋਰ ਲੱਗਦਾ ਉਸ ਵੇਲੇ ਦਵਿੰਦਰ ਜੇ ਕਿਸੇ ਨੂੰ ਕਹਿਣਾ ਵੀ ਤੂੰ ਪ੍ਰਧਾਨ ਬਣ ਜਾ ਹੁਣ ਪਿੱਛੇ ਨੂੰ ਜਾਣਾ ਮੈਨੂੰ ਰਹਿਣ ਦੇ ਸਿਲੈਕਸ਼ਨ ਨਹੀਂ ਹੁੰਦੀ ਸੀ ਸਿਲੈਕਸ਼ਨ ਨਹੀਂ ਹਾਂਜੀ ਅੱਛਾ ਕੋਈ ਇਲੈਕਸ਼ਨ ਨਹੀਂ ਅੱਛਾ ਹਰ ਇੱਕ ਨੂੰ ਉਹ ਨਹੀਂ ਕਹਿਣਾ ਵੀ ਤੂੰ ਬਣਾਉਣਾ ਤੂੰ ਬਣ ਜਾ ਔਰ ਜਿਹਨੂੰ ਕਹਿਣਾ ਉਹ ਅਗਲੇ ਪਿੱਛੇ ਨੂੰ ਜਾਣਾ ਨਹੀਂ ਮੈਨੂੰ ਰਹਿਣ ਦਿਓ ਤੁਸੀਂ ਹੋਰ ਉਹਨੂੰ ਬਣਾ ਦਿਓ ਫਲਾਣੇ ਨੂੰ ਬਣਾ ਸੋ ਆਹ ਹਾਲਤ ਸੀਗੀ ਔਰ ਇੰਨਾ ਇੱਕ ਦੂਜੇ ਇੰਨੀ ਯੂਨਿਟੀ ਸੀ ਇੰਨੀ ਸਪੋਰਟ ਸੀ ਸੋ ਬਹੁਤ ਦੈਟ ਵਾਜ਼ ਰੀਅਲੀ ਗੁੱਡ ਟਾਈਮ ਟੂ ਲੇਕਿਨ ਯਾਰ ਫਿਰ 70s ਵਿੱਚ ਕੰਮ ਥੋੜ੍ਹਾ ਜਿਹਾ ਬਦਲਣਾ ਪਿਆ 69 'ਚ ਫਿਰ ਗੁਰਦੁਆਰਾ ਉਹ ਵੇਚ ਕੇ ਜਿਹੜਾ ਰੋਸ ਸਟਰੀਟ ਬਣਿਆ 69 'ਚ ਬਣਿਆ ਹਾਂਜੀ 70 ਚੱਲਣ ਲੱਗ ਪਿਆ ਹਾਂਜੀ ਬਿਲਕੁਲ ਅਤੇ ਅਸੀਂ ਸਾਰਿਆਂ ਨੇ ਪੈਸੇ ਵੀ ਦਿੱਤੇ ਉਗਰਾਹੀਆਂ ਹੋਈਆਂ ਹਾਂਜੀ ਅਤੇ ਉਹ ਜ਼ਮੀਨ ਵੀ ਸੋਹਣੀ ਟਾਈਮ 'ਤੇ ਮਿਲ ਗਈ ਸੀਗੀ ਔਰ ਪ੍ਰਬੰਧਕ ਨੇ ਬਹੁਤ ਹਿੰਮਤ ਕੀਤੀ ਲੇਕਿਨ ਉਦੋਂ ਟਾਈਟ ਸੀ ਪੈਸਾ ਹੁਣ ਮੈਂ ਤੁਹਾਨੂੰ ਦੱਸਦਾ ਜਦ ਮੈਂ ਆਇਆ ਇੰਨੇ ਵੈਲਥੀ ਤਾਂ ਨਹੀਂ ਸੀ ਮੈਂ ਜਦੋਂ ਨਹੀਂ ਨਹੀਂ ਵੈਲਥੀ ਨਾ ਸੀਗੀ ਅੱਛਾ ਜਦ ਮੈਂ ਆਇਆ ਤਾਂ ਮੈਂ ਡਾਨਲਡ ਗੋਲਡਨ ਦੇ ਕੋਲ ਇੱਕ 15 ਕੁ ਮੀਲ ਉਰੇ ਡਾਨਲਡ ਮਿਲ ਹੁੰਦੀ ਸਰਕਾਰ ਸਪਰੂਸ ਮਿਲ ਅੱਛਾ ਮੈਂ ਉਹ 'ਚ ਕੰਮ ਕੀਤਾ ਕਿੰਨੀ ਕੁ ਯੂਨੀਵਰਸਿਟੀ ਜਾਣ ਤੋਂ ਪਹਿਲਾਂ 6 ਮਹੀਨੇ ਅੱਛਾ ਮੈਂ ਜਨਵਰੀ 'ਚ ਆਇਆ ਸੀਗਾ ਅਤੇ ਸਤੰਬਰ 'ਚ ਮੈਂ ਯੂਨੀਵਰਸਿਟੀ ਜਾਣਾ ਸੀ ਸਾਹਿਬ ਯੂਨੀਵਰਸਿਟੀ ਮੈਨੂੰ ਐਡਮਿਸ਼ਨ ਮਿਲ ਗਈ ਸੀ ਮੈਂ ਟੀਚਰ ਟ੍ਰੇਨਿੰਗ ਕਰਨੀ ਸੀਗੀ ਅੱਛਾ ਜੀ ਅਤੇ ਉੱਥੇ ਮੈਂ 2.5 ਘੰਟੇ ਦੇ ਕੰਮ ਕੀਤਾ ਅੱਛਾ ਜੀ ਹਾਂਜੀ ਉਹ ਤਾਂ ਕੀ ਬਚਦਾ ਬਚਾਉਂਦਾ ਹੋਊਗਾ ਮਹਿੰਗਾਈ ਤਾਂ ਨਹੀਂ ਸੀ ਮਹਿੰਗਾਈ ਨਾ ਸੀਗੀ ਉਦੋਂ ਤੁਸੀਂ $10 ਨਾਲ ਤਾਂ ਤੁਹਾਡੀ ਬੱਗੀ ਭਰ ਜਾਂਦੀ ਸੀ ਅੱਛਾ ਜੀ ਅਤੇ ਹੁਣ ਦੇਖ ਲਓ ਤੁਸੀਂ $50 ਜੀ ਭਾਵੇਂ ਕੱਚ ਪਾ ਕੇ ਲੈ ਜੇਬ ਚ ਪਾ ਕੇ ਲੈ ਸੋ ਇੰਨਾ ਸੀਗਾ ਕਿਉਂਕਿ ਜੇ ਵੇਜਿਸ ਲੋਅ ਸੀਗੀਆਂ ਤਾਂ ਮਹਿੰਗਾਈ ਵੀ ਘੱਟ ਜੀ ਦੋਸਤੋ ਇਸ ਵਕਤ ਬਲਵੰਤ ਸੰਘੇੜਾ ਕੁਝ ਜੱਗ ਬੀਤੀਆਂ ਅਤੇ ਕੁਝ ਹੱਡ ਬੀਤੀਆਂ ਕੈਨੇਡਾ ਦੇ ਮੁਤਲਕ ਤੁਹਾਡੇ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ ਸਮਾਂ ਫਿਰ ਤੋਂ ਬ੍ਰੇਕ ਤਾਂ ਅਸੀਂ ਵਾਪਸ ਆਉਂਦੇ ਹਾਂ
ਬਹੁਤ ਵਿਸ਼ਾਲ ਹੈ ਖਬਰਾਂ ਦਾ ਇਹ ਸੰਸਾਰ। ਕਦੇ ਸੱਚ ਦੀ ਖਬਰ ਤੇ ਕਦੇ ਕੱਚ ਦੀ ਖਬਰ, ਕਦੇ ਦੁੱਖ ਦੀ ਖਬਰ ਤੇ ਕਦੇ ਭੁੱਖ ਦੀ ਖਬਰ, ਪਰ ਹਰ ਖਬਰ ਦੇ ਪਿੱਛੇ ਲੁਕੀ ਹੁੰਦੀ ਹੈ ਇੱਕ ਖਬਰ, ਜਿਸ ਦੀ ਗੱਲ ਕਰਦੇ ਹਾਂ ਅਸੀਂ ਪ੍ਰੋਗਰਾਮ ਖਬਰ ਦੀ ਖਬਰ ਦੇ ਵਿੱਚ। ਪ੍ਰਾਈਮ ਏਸ਼ੀਆ ਟੀਵੀ 'ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਰ ਰੋਜ਼ ਟੋਰਾਂਟੋ ਟਾਈਮਿੰਗ 8:30 ਸ਼ਾਮੀ ਅਤੇ ਇਸੇ ਟਾਈਮ ਵੈਨਕੂਵਰ। दोस्तों प्राइम एशिया टैलीविजन वेख रहे हो, समा ब्रेक तो बाद उत्थे काल पहुँचे कि जदों असी आखिरी पड़ाव वल वधदे जा रहे हैं तो साढ़े अज मेहमान हैं बलवंत संघेड़ा जी। ਸੰਘੇੜਾ ਸਾਹਿਬ, ਤੁਸੀਂ ਦੱਸਦੇ ਕਿਸੇ ਮੈਂਬਰ ਪਾਰਲੀਮੈਂਟ ਨੇ ਕੈਨੇਡਾ ਦੇ ਮੁਤਾਲਕ ਬਹੁਤ ਖੂਬਸੂਰਤ ਲਿਖਿਆ, ਕੀ ਲਿਖਿਆ? ਹਾਂਜੀ, ਇਹ ਮਾਈਕਲ ਚੌਂਗ ਜਿਹੜਾ ਐਮ ਪੀ ਆ ਮੈਂਬਰ ਆਫ ਪਾਰਲੀਮੈਂਟ ਓਨਟੇਰੀਓ ਤੋਂ, ਅੱਛਾ, ਬਹੁਤ ਸੋਹਣਾ ਉਹਨੂੰ ਲਿਖਿਆ, ਉਹਨੇ ਇੰਗਲਿਸ਼ ਸੀਗਾ, ਮੀਡੀਆ 'ਚ ਆਇਆ, ਉਹ ਮੈਨੂੰ ਇੰਨਾ ਚੰਗਾ ਲੱਗਾ ਮੈਂ ਉਹਦੀ ਕਾਪੀ ਫਿਰ ਟਰਾਂਸਲੇਸ਼ਨ ਕੀਤਾ ਪੰਜਾਬੀ 'ਚ ਜੀ। ਇਸ ਤਰ੍ਹਾਂ ਉਹ ਲਿਖਿਆ, ਕਹਿੰਦਾ ਅਸੀਂ ਸਭ ਨੇ ਰਲ ਮਿਲ ਕੇ ਇੱਕ ਐਸਾ ਦੇਸ਼ ਸਿਰਜਿਆ ਹੈ ਜਿੱਥੇ ਕਰੋੜਾਂ ਹੀ ਲੋਕਾਂ ਨੇ ਇੱਕ ਬਹੁਤ ਹੀ ਚੰਗਾ ਸਮਾਜ ਬਣਾਇਆ ਹੈ ਜੀ। ਇਹ ਦੇਸ਼ ਜਾਂ ਸਮਾਜ, ਇਸ ਦੇਸ਼ ਜਾਂ ਸਮਾਜ ਵਿੱਚ ਇਸ ਸਾਲ ਇਸ ਗੱਲ ਦੀ ਕੋਈ ਮਹੱਤਤਾ ਨਹੀਂ ਕਿ ਤੁਸੀਂ ਕਿੱਥੋਂ ਆਏ ਹੋ ਅਤੇ ਤੁਹਾਡਾ ਕੀ ਧਰਮ ਜਾਂ ਪਿਛੋਕੜ ਹੈ ਜੀ। ਇਸ ਦੀ ਬਜਾਏ ਇਸ ਗੱਲ ਦੀ ਮਹੱਤਤਾ ਹੈ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ। ਇਹ ਉਹ ਮੁਲਕ ਹੈ ਜਿੱਥੇ ਅਸੀਂ ਸਭ ਕੈਨੇਡੀਅਨ ਸ਼ਹਿਰੀ ਹਾਂ, ਅਸੀਂ ਉਸ ਮੁਲਕ ਦੇ ਸ਼ਹਿਰੀ ਹਾਂ ਜਿੱਥੇ ਸਾਡੇ ਹੱਕਾਂ, ਸਾਡੀ ਆਜ਼ਾਦੀ, ਸਾਡੇ ਕਾਨੂੰਨ ਅਤੇ ਸਾਡਾ ਲੋਕਤੰਤਰ ਇੱਕ ਸਾਂਝਾ ਤੁਰਾ ਹਨ। ਅਸੀਂ ਸਭ ਨੇ ਰਲ ਮਿਲ ਕੇ ਇਹ ਸਭ ਕੁਝ ਹਾਸਲ ਕੀਤਾ ਹੈ, ਆਓ ਆਪਾਂ ਇਸ ਦੀ ਸਿਰਫ ਰੱਖਿਆ ਹੀ ਨਹੀਂ ਕਰੀਏ ਸਗੋਂ ਇਸ ਸੋਚ ਨੂੰ ਹੋਰ ਵੀ ਅੱਗੇ ਵਧਾਈਏ। ਬਹੁਤ ਵਧੀਆ ਲਿਖਿਆ, ਬਹੁਤ ਸੋਹਣਾ ਲਿਖਿਆ, ਮੈਨੂੰ ਬਹੁਤ ਚੰਗਾ ਲੱਗਾ। ਇਹ ਵੀ ਠੀਕ ਹੈ ਕਿਉਂਕਿ ਆਪਾਂ ਸਾਰੇ ਕੈਨੇਡੀਅਨ ਹਾਂ, ਸੋ ਆਪਾਂ ਜਿੰਨਾ ਵੀ ਬਰਾਬਰ ਯੋਗਦਾਨ ਪਾ ਸਕਦੇ ਹਾਂ ਇਸ ਮੁਲਕ ਦੀ ਬਿਹਤਰੀ ਲਈ ਆਪਾਂ ਨੂੰ ਜ਼ਰੂਰ ਪਾਉਣਾ ਚਾਹੀਦਾ। ਬਿਲਕੁਲ, ਹਾਲੇ ਕੱਲ੍ਹ ਹੀ ਕੋਈ ਗੱਲ ਕਰ ਰਿਹਾ ਸੀ, ਉਹ ਕਹਿੰਦਾ ਮੈਂ ਨਵਾਂ ਆਇਆ। ਹਾਂਜੀ, ਉਹਨਾਂ ਵੇਲਿਆਂ 'ਚ ਕਹਿੰਦੇ ਨਿਊ ਵੈਸਟ ਮਨਿਸਟਰ ਹੋਇਆ ਕਰਦਾ ਸੀ ਜਿੱਥੇ ਸਿਨ ਨੰਬਰ ਅਪਲਾਈ ਕੀਤਾ ਜਾਂਦਾ ਸੀ। ਹਾਂ, ਕਹਿੰਦੇ ਜਦੋਂ ਮੈਂ ਗਿਆ ਉਹ ਜਿਹੜਾ ਮੈਨੂੰ ਵਿਅਕਤੀ ਲੈ ਕੇ ਗਿਆ ਉਹ ਉੱਥੇ ਜਿਹੜਾ ਮੂਹਰਾ ਗੋਰਾ ਸੀ ਉਹਦੇ ਨਾਲ ਉੱਚੀ ਉੱਚੀ ਆਵਾਜ਼ 'ਚ ਗੱਲਾਂ ਕਰੇ। ਅੱਛਾ, ਕਹਿੰਦੇ ਮੈਂ ਕਿਹਾ ਮੈਂ ਉਹਨੂੰ ਰੋਕਾਂ ਵੀ ਰੁਕ ਜਾ ਅਤੇ ਤੂੰ ਇਹਨੂੰ ਔਖਾ ਨਾ ਹੋਣੇ, ਇਹਨੇ ਆਪਣਾ ਕੰਮ ਨਹੀਂ ਕਰਨਾ। ਅੱਛਾ, ਕਹਿੰਦਾ ਮੈਨੂੰ ਕਹਿੰਦਾ ਇਹ ਗਲਤ ਫਹਿਮੀ ਕੱਢ ਦੇ, ਜਿਹੜੇ ਹੱਕ ਹਕੂਕ ਉਸਦੇ ਨੇ ਇਹ ਖੂਬਸੂਰਤ ਮੁਲਕ ਕੈਨੇਡਾ ਨੇ ਉਹੀ ਆਪਾਂ ਨੂੰ ਦਿੱਤੇ ਹੋਏ। ਬਿਲਕੁਲ, ਇਹ ਆਪਣੇ ਨਾਲ ਡਿਸਕ੍ਰਿਮੀਨੇਸ਼ਨ ਕਰ ਰਿਹਾ ਸੀ ਪਰ ਹੁਣ ਦੇਖੋ ਉਹ ਸੀਟ 'ਤੇ ਟਿਕਾਣੇ ਲੱਗ ਕੇ ਬੈਠ ਗਿਆ, ਉਹਨੂੰ ਪਤਾ ਹੈ ਕਿ ਸਾਨੂੰ ਸਾਡੇ ਹੱਕਾਂ ਦਾ ਪਤਾ। ਬਿਲਕੁਲ ਠੀਕ। ਸੋ ਜਿਹਨਾਂ ਵੇਲਿਆਂ 'ਚ ਤੁਸੀਂ ਅੱਜ ਤੁਸੀਂ ਦੱਸ ਰਹੇ ਸੀ ਕਿ ਭਾਵੇਂ ਉਹਨਾਂ ਵੇਲਿਆਂ 'ਚ ਘੱਟਦਾ ਜਾ ਰਿਹਾ ਸੀ ਨਸਲਵਾਦ, ਪਰ ਫਿਰ ਵੀ ਤੁਸੀਂ ਕਦੇ ਪਰਸਨਲੀ ਫੀਲ ਕੀਤਾ ਜੀ? ਨਹੀਂ, ਮੈਂ ਫਿਰ ਛੇਤੀ ਟੀਚਰ ਬਣ ਗਿਆ। ਅੱਛਾ ਜੀ। ਸੋ ਇਸ ਕਰਕੇ ਜਿਹੜੇ ਟੀਚਰ ਸਕੂਲ ਦੇ ਵਿੱਚ ਟੀਚਿੰਗ ਪ੍ਰੋਫੈਸ਼ਨ ਹੈ ਨਾ, ਤੁਸੀਂ ਕਦੇ ਦੇਖਦੇ ਸੀ ਬੱਚਿਆਂ ਨੂੰ ਇੱਕ ਦੂਸਰੇ ਨਾਲ ਕਰਦੇ? ਕਦੇ ਕਦੇ ਹੁੰਦਾ ਸੀ, ਯੈਸ, ਦੇਰ ਵਾਸ ਸਮ। ਜਿੱਦਾਂ ਮੈਂ ਹਟਸਨ ਹੋਪ ਸਟਾਰਟ ਕੀਤਾ ਟੀਚ ਕਰਨਾ, 5 ਸਾਲ ਮੈਂ ਰਿਹਾ ਫੋਰਟ ਸੇਂਟ ਜੌਨ ਡਸਟਰੀ ਦੇ ਕੋਲ ਹੈ ਜਿੱਥੇ ਆ ਡੈਮ ਬਣ ਰਿਹਾ ਨਾ, ਸਾਈਟ ਸੀ ਡੈਮ, ਸਾਈਟ ਸੀ। ਉੱਥੇ ਤਾਂ ਮੋਸਟਲੀ ਇੰਜੀਨੀਅਰਾਂ ਦੇ ਗੋਰਿਆਂ ਦੇ ਬੱਚੇ ਸੀਗੇ, ਪੜ੍ਹਿਆ ਲਿਖਿਆ ਸਮਾਜ, ਪੜ੍ਹਿਆ ਲਿਖਿਆ ਸਮਾਜ ਸੀ। ਲੇਕਿਨ ਜਦ ਮੈਂ ਲੇਲੂ ਤੋਂ ਆਇਆ, ਲੇਲੂ ਤੋਂ ਇੱਥੋਂ ਲਾਗੇ 200 ਮੀਲ ਹੀ ਆ, ਉੱਥੇ ਆਪਣੇ ਨੇਟਿਵ ਚਿਲਡਰਨ ਵੀ ਸੀਗੇ, ਹੋਰ ਵੀ ਸੀਗੇ, ਉੱਥੇ ਮੈਂ ਦੇਖਿਆ ਉਹ ਕਿਵੇਂ ਦਾ ਸੀ। ਉਹ ਸੀਗਾ ਜਿੱਦਾਂ ਆਪਣੀ ਕਮਿਊਨਿਟੀ, ਆਪਣੇ 20-25 ਫੈਮਿਲੀ, ਥੋੜ੍ਹੇ ਪਰਿਵਾਰ ਸੀ, ਲੇਕਿਨ ਖਾਸ ਕਰ ਮਿੱਲ 'ਚ। ਅੱਛਾ, ਕਿਉਂਕਿ ਜਿਹੜੇ ਉੱਥੋਂ ਦੇ ਨੇਟਿਵ ਸੀਗੇ ਨਾ, ਉਹ ਕਈ ਵਾਰੀ ਜਿੱਦਾਂ ਤੁਹਾਨੂੰ ਪਤਾ ਵੀ ਨਸ਼ਾ ਪਾਣੀ ਵੀ ਉਹਨੇ ਜੇ ਕਰ ਲੈਂਦੇ, ਫਰਾਈਡੇ ਨਸ਼ਾ ਪਾਣੀ ਪੀ ਲੈਣਾ, ਮੰਡੇ ਮੇ ਵੀ ਕੰਮ 'ਤੇ ਨਾ ਜਾਣਾ, ਲੇਕਿਨ ਆਪਣੇ ਬੰਦੇ ਜਿਹੜੇ ਸੀਗੇ ਉਹਨੇ ਔਖੇ ਵੀ ਸਿੱਖ ਵੀ ਕੰਮ ਜ਼ਰੂਰ ਜਾਣਾ, ਉਹ ਫਿਰ ਆਪਣੇ ਜਿਹੜੇ ਨੇਟਿਵ ਸੀ ਉਹ ਆਪਣੇ ਨਾਲ ਨਫ਼ਰਤ ਆਪਣੇ ਜੈਲਸੀ ਕਰਨ ਲੱਗ ਪਏ, ਉਹਨਾਂ ਟੈਨਸ਼ਨ ਕਾਫੀ ਸੀ। ਫਿਰ ਅਸੀਂ ਕੋਸ਼ਿਸ਼ ਕੀਤੀ, ਆਪਣੇ ਮੇਅਰ ਸੀਗਾ ਉਸ ਵੇਲੇ ਜੌਨਡਰ ਬੈਸ ਨਾਲ, ਅਸੀਂ ਸਾਰਿਆਂ ਨੇ ਰਲ ਮਿਲ ਕੇ ਤਾਂ ਉਹ ਸੋਰਟ ਆਊਟ ਕੀਤਾ। ਅੱਛਾ, ਦੂਜੇ ਪ੍ਰੋਫੈਸ਼ਨ ਨਾਲ ਵੀ ਬਹੁਤ, ਹੁਣ ਉਹ ਮੇਅਰ ਸੀਗਾ, ਮੈਂ ਪਹਿਲਾ ਟੀਚਰ ਸੀਗਾ ਆਪਣਾ ਲੇਲੋ, ਆਪਣਾ ਇੰਡੋ ਕੈਨੇਡੀਅਨ ਟੀਚਰ, ਉਹਦੇ ਨਾਲ ਸਟੈਟਸ ਵੀ ਵੱਧ ਗਿਆ, ਬੱਚੇ ਜਾਣਨ ਲੱਗ ਪਏ, ਉਹਨੇ ਮਾਪੇ ਜਾਣਨ ਲੱਗ ਪਏ, ਆਦਰ ਮਾਣ ਕਰਨ ਲੱਗ ਪਏ। ਫਿਰ ਸਾਰਿਆਂ ਨੂੰ ਅਸੀਂ ਇਹੀ ਕਿਹਾ ਵੀ ਆਪਾਂ ਸਾਰੇ ਭਰਾ ਹਾਂ, ਭੈਣ ਭਰਾ ਹਾਂ, ਆਪਾਂ ਸਾਰੇ ਪ੍ਰੇਮ ਨਾਲ ਰਹੀਏ। ਸੋ ਉਹਨਾਂ ਸੀਗਾ ਡਿਸਕ੍ਰਿਮੀਨੇਸ਼ਨ, ਲੇਕਿਨ ਉਹਨਾਂ ਫਿਰ ਕਾਫੀ ਫਰਕ ਪੈ ਗਿਆ। ਹੁਣ ਤੁਸੀਂ ਵੈਨਕੂਵਰ ਫਿਰ ਕਿਹੜੇ ਸਾਲਾਂ 'ਚ ਮੁੜੇ ਜੀ? ਮੈਂ ਵੈਨਕੂਵਰ 1990 'ਚ ਆਇਆ। ਅੱਛਾ, ਅਤੇ ਮੈਂ ਬਨਵੀ ਮੇਪਲ ਐਡੋਲੈਸੈਂਟ ਸੈਂਟਰ ਆ ਨਾ, ਇੱਥੇ ਹੀ ਪੜ੍ਹਾਇਆ ਜੀ, ਇੱਥੇ। ਹਾਂਜੀ, ਇੱਥੇ ਹੈਗਾ, ਇਹ ਪ੍ਰੋਵਿੰਸ਼ੀਅਲ ਰਿਸੋਰਸ ਸੈਂਟਰ ਆ। ਅੱਛਾ, ਜਿੱਥੇ ਸਾਰੇ BC 'ਚੋਂ ਬੱਚੇ ਆਉਂਦੇ ਆ। ਅੱਛਾ, ਟੀਨੇਜਰ 12-18 ਸਾਲ ਦੇ। ਅਤੇ ਮੈਂ ਸੀਗਾ ਇੰਚਾਰਜ ਅਸੈਸਮੈਂਟ ਦਾ, ਐਜੂਕੇਸ਼ਨਲ ਅਸੈਸਮੈਂਟ।
ਅਤੇ ਮੈਨੂੰ ਦਵਿੰਦਰ ਇਹਦੇ ਵਿੱਚ ਗੱਲ, ਆਪਣੇ ਬੱਚੇ ਬਹੁਤ ਘੱਟ ਆਉਂਦੇ ਸੀਗੇ ਮੈਨੂੰ ਮੇਰੇ ਕੋਲੇਜ ਜਿਹੜੇ ਸਾਈਕੈਟ੍ਰਿਸਟ ਸੋਸ਼ਲ ਵਰਕਰ ਉਹਨੇ ਕਹਿਣਾ ਵੀ ਤੁਹਾਡੀ ਕਮਿਊਨਿਟੀ 'ਚ ਬੱਚੇ ਕਿਉਂ ਨਹੀਂ ਆਉਂਦੇ, ਵੀ ਮੈਨੂੰ ਤੁਹਾਡੀ ਕੋਈ ਪ੍ਰੋਬਲਮ ਨਹੀਂ ਹੈ? ਮੈਂ ਕਿਹਾ ਹੈਗੀ ਆ, ਬਹੁਤ ਘੱਟ ਆ, ਲੇਕਿਨ ਜੇ ਸਾਡੇ ਕੋਈ ਬੱਚਾ ਪੁੱਠੇ ਰਾਹ 'ਤੇ ਜਾਂਦਾ ਤਾਂ ਉਹਨੂੰ ਮਾਪੇ ਜਾਂ ਉਹਨਾਂ ਦੇ ਰਿਸ਼ਤੇਦਾਰ ਸੁਧਾਰ ਲੈਂਦੇ ਆ, ਇਸ ਕਰਕੇ ਸਾਡੇ ਬਹੁਤ ਘੱਟ ਆਉਂਦੇ ਆ। ਉਹ ਬੜੇ ਹੈਰਾਨ ਹੁੰਦੇ ਸੀ ਇਸ ਗੱਲ ਨਾਲ, ਤੁਸੀਂ ਆਪ ਸੁਧਾਰ ਲੈਂਦੇ ਹੋ, ਇੱਥੇ ਤੱਕ ਨੌਬਤੀ ਨਹੀਂ ਆਉਂਦੀ, ਨੌਬਤੀ ਨਹੀਂ ਆਉਂਦੀ ਸੀ। ਅਤੇ ਮੈਂ ਫਿਰ 14 ਸਾਲ ਇੱਥੇ ਰਿਹਾ ਐਜ਼ ਏ ਸਕੂਲ ਸਾਈਕੋਲੋਜਿਸਟ। ਅੱਛਾ। ਅਤੇ ਲਿਟਰਲੀ ਮੈਂ ਸਕੂਲ ਸਾਈਕੋਲੋਜਿਸਟ ਬਣ ਗਿਆ ਸੀਗਾ, ਅਤੇ ਇੱਥੇ ਫਿਰ ਮੈਂ 1990 'ਚ ਆਇਆ ਸੀਗਾ, ਅਤੇ 2004 'ਚ ਫਿਰ ਮੈਂ ਰਿਟਾਇਰ ਹੋ ਗਿਆ ਸੀ। ਅਤੇ ਹੁਣ ਦੇਖ ਲਓ ਸੇਵਾ ਕਰੀ ਜਾਂਦੀ ਕਮਿਊਨਿਟੀ ਦੀ। ਹੁਣ ਹੁਣ ਪੰਜਾਬੀ ਦੀ ਥੋੜ੍ਹੀ ਗੱਲ ਕਰੀਏ, ਕਿਉਂਕਿ ਤੁਹਾਡੀ ਪਲੀ, ਤੁਸੀਂ ਬਹੁਤ ਜ਼ੋਰ ਲਾਉਂਦੇ ਹੋ, ਹਰ ਹਰਬਾ ਜਰਬਾ ਵਰਤਦੇ ਹੋ ਤਾਂ ਕਿ ਪੰਜਾਬੀ ਨੂੰ ਹੋਰ ਬੁਲੰਦ ਕੀਤਾ ਜਾ ਸਕੇ। ਬਿਲਕੁਲ। ਇਹ ਕਿਹੜੇ ਸਾਲਾਂ ਸ਼ੁਰੂ ਕੀਤੀ ਗਈ? ਇਹ 1995 'ਚ। ਅੱਛਾ। 1994 ਵਿੱਚ ਮੋਹ ਸੋਤਾ ਸੀ ਆਪਣਾ NDP ਦਾ ਮਿਨਿਸਟਰ ਜੀ, ਉਹਨ ਕਿਉਂਕਿ ਜਿਹੜਾ ਇੱਥੋਂ ਦਾ ਰੈਗੂਲੇਸ਼ਨ ਆ, ਸਕੂਲ ਰੂਲ ਆ, 5ਵੀਂ ਤੋਂ 8ਵੀਂ ਤਾਂ ਸੈਕਿੰਡ ਲੈਂਗੁਏਜ ਲੈਣੀ ਪੈਂਦੀ ਬੱਚਿਆਂ ਨੂੰ। ਸੋ ਉਦੋਂ ਪਹਿਲਾਂ 4 ਹੋਰ ਸੀਗੀਆਂ ਜ਼ਬਾਨਾਂ, 5, 6ਵੀਂ ਫਿਰ ਪੰਜਾਬੀ ਮੋਹ ਨੇ ਇੰਟਰੋਡਿਊਸ ਕਰਕੇ ਲੈਜਿਸਲੇਸ਼ਨ 'ਚ, ਅਤੇ ਉਦੋਂ ਤੋਂ ਅਸੀਂ ਵੀ ਸਟਾਰਟ ਕੀਤਾ ਵੀ ਆਪਾਂ ਸ਼ੁਰੂ ਕਰੀਏ ਪੰਜਾਬੀ। ਅਤੇ 1995 'ਚ ਪਹਿਲੀ ਵਾਰ 92 ਸਾਊਥ ਸੈਕੰਡਰੀ ਸਕੂਲ 'ਚ ਪੰਜਾਬੀ ਲੱਗੀ। ਅੱਛਾ ਜੀ। ਲੇਕਿਨ ਪ੍ਰੋਬਲਮ ਇਹ ਸੀ, ਤੁਹਾਨੂੰ ਕਾਫੀ ਕੋਸ਼ਿਸ਼ ਕਰਨੀ ਪਈ। ਬਹੁਤ ਕੋਸ਼ਿਸ਼ ਜੀ। ਉਸ ਤੋਂ ਬਾਅਦ ਫਿਰ ਅਸੀਂ ਸਰੀ ਕੋਸ਼ਿਸ਼ ਕੀਤੀ। ਸਰੀ ਦੀ ਮੈਂ ਤੁਹਾਨੂੰ ਐਗਜ਼ਾਮਪਲ ਦੱਸਦਾ, ਜਦ ਅਸੀਂ ਗਏ ਸਰੀ ਸਕੂਲ ਬੋਰਡ ਕੋਲ, ਅਸੀਂ ਇੱਥੇ ਚਾਹੁੰਦੇ ਪੰਜਾਬੀ ਸ਼ੁਰੂ ਕਰਨੀ, ਤਾਂ ਉਹ ਕਹਿੰਦੇ ਸਾਨੂੰ ਪੈਸੇ ਦੇ ਦਿਓ। ਤੁਸੀਂ ਕੋਲੋਂ ਪੈਸੇ ਦਿਓ? ਹਾਂ, ਕੋਈ ਪੈਸੇ ਦਿਓ, ਕਮਿਊਨਿਟੀ ਪੈਸੇ ਦੇਵੇ ਤਾਂ ਲਾਵਾਂਗੇ। 92 ਦਿੱਤੇ ਸੀ ਤੁਸੀਂ? ਨਹੀਂ, 92 ਨੇ। ਅੱਛਾ ਜੀ। ਅਤੇ ਅਸੀਂ ਕਿਹਾ ਵੀ ਸਾਡੇ ਜਿਹੜੇ ਬੱਚੇ ਆ, ਇਹਨਾਂ ਦੇ ਪੇਰੈਂਟਸ ਵੀ ਟੈਕਸ ਪੇਅਰਸ ਆ, ਇਹ ਕਿਉਂ, ਔਰ ਇਹ ਰੈਕੋਗਨਾਈਜ਼ਡ ਲੈਂਗੁਏਜ ਆ, ਸੈਕਿੰਡ ਲੈਂਗੁਏਜ, ਕਿਉਂ ਅਸੀਂ ਕਿਉਂ ਪੈਸੇ ਦੇਈਏ? ਅਤੇ ਅਸੀਂ ਫਿਰ ਜਿਹੜਾ ਕਿ ਅਸੀਂ ਜਿਹੜੇ ਪਲੀ ਵਾਲੇ ਸੀਗੇ, ਅਸੀਂ ਫਿਰ ਆਪਣੀ ਕਮਿਊਨਿਟੀ ਜਿਹੜੀ ਲੀਡਰਸ਼ਿਪ ਸੀ, ਗੁਰਦੁਆਰੇ ਦੇ ਪ੍ਰਧਾਨ ਤਾਂ ਹੋਰ ਕੁਛ, ਅਸੀਂ ਸਾਰਿਆਂ ਨੂੰ ਨਾਲ ਲੈ ਕੇ ਗਏ, ਪ੍ਰੈਸ਼ਰ ਕੀਤਾ, ਪ੍ਰੈਸ਼ਰ ਪਾਇਆ, ਫਿਰ ਉਹ ਮੰਨ ਗਏ। ਅੱਛਾ। ਉਹ ਤੋਂ ਬਾਅਦ ਕੰਮ ਐਸਾ ਸੂਤ ਆਇਆ ਵੀ ਸਰੀ ਹੁਣ ਸਾਡਾ ਮਾਡਲ ਬਣ ਗਿਆ, ਕਿਉਂਕਿ ਜਿੱਥੇ ਵੀ ਅਸੀਂ ਕਹਿੰਦੇ ਹਾਂ ਬੜ ਸੁਣਦੇ ਹੋ ਸਾਡੀ ਗੱਲ। ਇਸ ਵੇਲੇ 4 ਐਲੀਮੈਂਟਰੀ ਸਕੂਲ ਆ ਜਿੱਥੇ ਪੰਜਾਬੀ ਚੱਲ ਰਹੀ ਆ, ਔਰ 7 ਹਾਈ ਸਕੂਲ ਆ। ਅੱਛਾ ਜੀ। ਔਰ ਸਾਨੂੰ ਉਮੀਦ ਆ ਵੀ ਇੱਕ ਹਾਈ ਸਕੂਲ ਹੋਰ ਐਡ ਹੋ ਜਾਣਾ। ਔਰ ਲੇਕਿਨ ਇੱਕ ਪ੍ਰੋਬਲਮ ਹੈ ਆਪਣੀ। ਉਹ ਕਿਹੜੀ ਹੈ ਜੀ? ਉਹ ਹੈ ਕਿ ਸਾਡੇ ਵੀ ਆਪਣੇ ਮਾਪਿਆਂ ਨੂੰ ਇੰਨੀ ਅਵੇਅਰਨੈਸ ਨਹੀਂ। ਉਹ ਕਿਵੇਂ? ਦੋ ਚੀਜ਼ਾਂ, ਇੱਕ ਤਾਂ ਕਈ ਮਾਪੇ ਸਮਝਦੇ ਆ ਵੀ ਇਹ ਐਮਰਜਨ ਆ। ਇਮਰਜਨ ਦਾ ਮਤਲਬ ਹੁੰਦਾ ਸਾਰੇ ਸਬਜੈਕਟ ਪੰਜਾਬੀ 'ਚ ਹੋਣਗੇ, ਵੀ ਸਾਡੇ ਬੱਚਿਆਂ ਨੇ ਮਿਸ ਕਰ ਜਾਣਾ, ਬਾਕੀ ਅਸੀਂ ਕਹਿੰਦੇ ਇਹ ਇਮਰਜਨ, ਇਹ ਸੈਕਿੰਡ ਲੈਂਗੁਏਜ ਆ ਜਿਹੜੀ, ਬਾਕੀ ਸਬਜੈਕਟ ਹੋਵੇ ਉਸੇ ਤਰੀਕੇ ਨਾਲ ਪੜ੍ਹਨਗੇ। ਹਾਂ, ਇੰਗਲਿਸ਼ 'ਚ ਬਗੈਰ ਸਭ ਕੁਛ। ਲੇਕਿਨ ਇਹ ਹੈਗਾ ਜਿੱਦਾਂ ਵੀਕ ਵਿੱਚ 2 ਜਾਂ 3 ਪੀਰੀਅਡ, 40-40 ਮਿੰਟ ਦੇ, ਜਿਹਦੇ 'ਚ ਬੱਚੇ ਸਿਰਫ ਪੰਜਾਬੀ ਪੜ੍ਹਨਗੇ, ਅਸੀਂ ਕਹਿੰਦੇ ਇਹ ਇਮਰਜਨ, ਇਹ ਸੈਕਿੰਡ ਲੈਂਗੁਏਜ। ਇੱਕ ਪ੍ਰੋਬਲਮ ਇਹ ਆ, ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਸਕੂਲ ਟੈਸਟ ਨੂੰ ਵੀ ਕੀਤਾ ਵੀ ਆਪਣੇ ਪ੍ਰਿੰਸੀਪਲਸ ਨੂੰ, ਆਪਣੇ ਟੀਚਰਾਂ ਨੂੰ ਦੱਸੋ ਵੀ ਅਸੀਂ ਸੈਕਿੰਡ ਲੈਂਗੁਏਜ ਮੰਗ ਰਹੇ ਹਾਂ ਕਿ ਇਮਰਜਨ। ਨੰਬਰ 2 ਹੈਗਾ ਪੇਰੈਂਟਸ ਵਿੱਚ ਜਾਗਰਤੀ ਲਿਆ ਰਹੇ ਹਾਂ, ਕਿਉਂਕਿ ਹਾਲੇ ਵੀ ਕਈ ਪੇਰੈਂਟਸ ਅਵਾਸ ਅਵੇਸ ਲੈ ਜਾ ਆ, ਚਲੋ ਕੋਈ ਗੱਲ ਨਹੀਂ, ਪੰਜਾਬੀ ਤਾਂ ਲੱਗ ਪੰਜਾਬੀ ਤਾਂ ਕਰੇ, ਪੰਜਾਬੀ ਬੋਲ ਤਾਂ ਲੈਂਦੇ ਹੀ ਆ, ਲੇਕਿਨ ਪੇਰੈਂਟਸ ਇਹ ਰੀਅਲਾਈਜ਼ ਨਹੀਂ ਕਰ ਰਿਹਾ ਦਵਿੰਦਰ ਕਿ ਇਸ ਵੇਲੇ ਪੰਜਾਬੀ ਰੁਜ਼ਗਾਰ ਦੀ ਭਾਸ਼ਾ ਬਣ ਗਈ ਆ। ਸਾਨੂੰ ਕਈ ਵਾਰ ਕੋਈ ਭਾਸ਼ਾ ਰੁਜ਼ਗਾਰ ਦੀ ਨਹੀਂ ਬਣਦੀ, ਤਰੱਕੀ ਨਹੀਂ ਕਰਦੀ। ਕਈ ਬੱਚਿਆਂ ਦੇ ਫੋਨ ਆਉਂਦੇ ਆ ਨੌਜਵਾਨਾਂ ਦੇ ਵੀ ਮੈਨੂੰ ਜੋਬ ਮਿਲ ਗਈ ਕਿਉਂਕਿ ਮੈਨੂੰ ਪੰਜਾਬੀ ਆਉਂਦੀ ਸੀ। ਇਸ ਕਰਕੇ ਅਸੀਂ ਪੇਰੈਂਟਸ ਨੂੰ ਵੀ ਤਾਂ ਬੱਚਿਆਂ ਨੂੰ, ਨੌਜਵਾਨ ਨੂੰ ਇਹ ਕਹਿ ਰਹੇ ਹਾਂ ਵੀ ਪੰਜਾਬੀ ਦਾ ਫਾਇਦਾ ਬਹੁਤ ਹੈ ਇਸ ਵੇਲੇ। ਟ੍ਰੇਡ ਦੇਖ ਲਓ, ਹੁਣ ਆਪਾਂ ਗਲੋਬਲ ਵਿਲੇਜ 'ਚ ਰਹਿ ਰਹੇ ਹਾਂ, ਪੰਜਾਬ ਨਾਲ ਜਾਂ ਇੰਡੀਆ ਨਾਲ ਟ੍ਰੇਡ ਕਰਨਾ, ਉਹ ਜੇ ਬੱਚੇ ਨੂੰ ਜਾਂ ਨੌਜਵਾਨ ਨੂੰ ਆਪਣੀ ਪੰਜਾਬੀ ਆਉਂਦੀ, ਹੀ ਕੈਨ ਕਮਿਊਨੀਕੇਟ ਈਜ਼ੀਲੀ ਉੱਥੇ, ਅਤੇ ਆਪਣੇ ਪੇਰੈਂਟਸ ਨਾਲ, ਗ੍ਰੈਂਡ ਪੇਰੈਂਟਸ ਨਾਲ ਪੰਜਾਬੀ 'ਚ ਗੱਲ ਕਰ ਸਕਦੇ ਹਾਂ, ਦੂਸਰੇ ਨੂੰ ਹੋਰ, ਇਸ ਨਾਲ ਹੋਰ ਬਹੁਤ ਫਾਇਦੇ ਆ। ਬਟ ਸਾਰਿਆਂ ਨੂੰ ਵੱਡਾ ਫਾਇਦਾ ਜਿਹੜਾ ਰੁਜ਼ਗਾਰ ਦਾ ਆ, ਉਹ ਅਸੀਂ ਚਾਹੁੰਦੇ ਹਾਂ ਵੀ। ਔਰ ਹੁਣ ਤਾਂ ਤੁਸੀਂ ਦੇਖੋ, ਸਾਰ ਥਾਂ ਥਾਂ 'ਚ ਸਾਈਨਾਂ ਲੱਗੀਆਂ, ਅਸੀਂ ਪੰਜਾਬੀ ਬੋਲਦੇ ਹਾਂ, ਅਸੀਂ ਪੰਜਾਬੀ ਬੋਲਦੇ ਹਾਂ ਹਸਪਤਾਲਾਂ ਦੇ ਉੱਤੇ ਸਾਈਨ ਲੱਗੇ ਨੇ, ਹਾਂਜੀ, ਹਸਪਤਾਲਾਂ 'ਚ, ਬਿਲਕੁਲ, ਬੈਂਕਾਂ 'ਚ, ਸਿਟੀ ਹਾਲਾਂ 'ਚ, ਅਤੇ ਬਿਜ਼ਨਸਾਂ ਵਿੱਚ ਅਸੀਂ ਪੰਜਾਬੀ ਬੋਲਦੇ ਹਾਂ। ਸੋ ਬਹੁਤ ਜ਼ਿਆਦਾ, ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਪੰਜਾਬੀ ਮਾਂ ਬੋਲੀ ਵੀ ਆ ਤੁਹਾਡੀ, ਲੇਕਿਨ ਇਹਦੇ ਫਾਇਦੇ ਵੀ ਬਹੁਤ ਆ। ਸੰਗੜਾ ਸਾਹਿਬ, ਮੈਂ ਤੁਹਾਡੇ ਧਿਆਨ 'ਚ ਗੱਲ ਲਿਆਉਣੀ ਚਾਹੁੰਦਾ ਹੈ, ਸ਼ਾਇਦ ਮੈਂ ਗਲਤ ਵੀ ਹੋਵਾਂ। ਹਾਂਜੀ। ਪਹਿਲਾਂ ਪਹਿਲ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ 'ਤੇ ਪੰਜਾਬੀ ਵਿੱਚ ਵੀ ਸਾਈਨ ਹੁੰਦੇ ਸੀ। ਹਾਂਜੀ। ਹੁਣ ਕਈਆਂ ਥਾਵਾਂ ਦੇ ਉੱਤੇ ਸਿਰਫ ਉੱਥੇ ਇੰਗਲਿਸ਼ ਅਤੇ ਨਾਲ ਨਾਲ ਚਾਈਨੀਜ਼ ਦੇ ਵਿੱਚ ਨੇ ਪੰਜਾਬੀ ਦੇ ਸਾਈਨ ਘੱਟ ਨਜ਼ਰ ਆਉਂਦੇ ਆ, ਤੁਹਾਡੇ ਨੌਲੇਜ 'ਚ ਹੈ ਜੀ ਗੱਲ? ਹਾਂਜੀ, ਅਸੀਂ ਗਏ ਹਾਂ, 2-3 ਚੱਕਰ ਵੀ ਲਾਏ, ਉਹਨੇ ਸਾਨੂੰ ਸਿਕਿਓਰ ਏਰੀਆ 'ਚ ਲਗਾਏ ਆ, ਦੇਖਿਆ, ਅਸੀਂ ਸਿਲੈਕਸ਼ਨਾਂ ਵੀ ਦਿੱਤੀਆਂ, ਹੁਣ ਕਾਫੀ ਸਾਈਨਾਂ ਹੈਗੀਆਂ ਪੰਜਾਬੀ 'ਚ। ਲੇਕਿਨ ਅਸੀਂ ਇੱਕ ਚੀਜ਼ ਉਹਨਾਂ ਨੂੰ ਕਹੀ ਆ ਵੀ ਤੁਸੀਂ ਜਿੱਥੇ ਚਾਈਨੀਜ਼ ਸਾਈਨ ਆ ਉੱਥੇ ਪੰਜਾਬੀ ਲਾਓ, ਲੇਕਿਨ ਸਾਡੀ ਜਿਹੜੀ ਪ੍ਰੋਬਲਮ ਇਹ ਆ ਅੰਦਰ, ਇਹ ਉਹ ਸਰਵੇ ਕਰਦੇ ਆ ਪੈਸੇਂਜਰਸ ਦਾ। ਅੱਛਾ ਜੀ।
ਸਾਡੇ ਬੰਦੇ ਜਿਹੜੇ ਟਰੈਵਲ ਕਰਦੇ ਆ ਉਹ ਸਰਵੇ 'ਚ ਹਿੱਸਾ ਨਹੀਂ ਲੈਂਦੇ। ਅੱਛਾ ਜੀ। ਚਾਈਨੀਜ਼ ਆ ਫਟਾਫਟ ਭਰ ਦਿੰਦੇ ਆ, ਉਹ ਜਦ ਦੇਖਦੇ ਆ ਵੀ ਇੰਨੇ ਆਏ ਆ, ਇੰਨੀ ਡਿਮਾਂਡ ਹੈ ਇਹਦੀ, ਜਿਹਨਾਂ 'ਚ ਡਿਮਾਂਡ ਨਹੀਂ ਉਹਨਾਂ 'ਚ ਸਪਲਾਈ ਨਹੀਂ ਹੋਈ, ਸਪਲਾਈ ਨਹੀਂ ਹੋਣੀ। ਸੋ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਸਾਡੇ ਲਿਸਨ ਕਰਦੇ ਆ। ਸਾਈਨਾ ਅੱਗੇ ਫੋਂਟ ਵਗੈਰਾ ਰੋਂਗ ਸੀਗੇ ਜੇ ਉਹਨੇ ਸਾਨੂੰ ਸੱਦਿਆ, ਸਾਧੂ ਬਿਨੇਕ ਤਾਂ ਮੈਂ ਗਏ ਹਾਂ, ਦੋ ਤਿੰਨ ਵਾਰ ਅਸੀਂ ਗਏ ਹਾਂ ਅਤੇ ਉੱਥੇ ਅਸੀਂ ਸੁਜੈਸਟ ਕੀਤਾ ਇੱਥੇ ਇੱਥੇ ਲੱਗਣੀ ਆ, ਲੇਕਿਨ ਉਹ ਸਾਈਨਾ ਤੋਂ ਬਿਨਾਂ, ਇੱਕ ਸਾਈਨਾ ਵਾਲੀ ਬਹੁਤ ਗੁੱਡ ਹੈ, ਜਿੱਦਾਂ ਸਾਰਿਆਂ ਨੂੰ ਵੱਡੀ ਗੱਲ ਆ, ਈਜ਼ੀ ਹੋ ਜਾਂਦਾ ਜੀ ਆਮ ਬੰਦੇ ਲਈ। ਹਾਂ, ਲੇਕਿਨ ਜਿਹੜੀ ਸਰਵਿਸਿਜ਼ ਉਹ ਪੰਜਾਬੀ 'ਚ ਪ੍ਰੋਵਾਈਡ ਕਰ ਰਹੇ ਉਹ ਹਾਲੇ ਕਈਆਂ ਬੰਦਿਆਂ ਨੂੰ ਪਤਾ ਵੀ ਨਹੀਂ ਹੈ। ਬਿਲਕੁਲ ਤੁਸੀਂ ਗੱਲ ਸਹੀ ਕੀਤੀ। ਇੱਕ ਤਾਂ ਮੈਂ ਸਕਾਈ ਟ੍ਰੇਨ 'ਤੇ ਚੜ੍ਹਨ ਲੱਗਿਆ, ਮੈਂ ਉੱਥੇ ਪੰਜਾਬੀ ਲੈਂਗੁਏਜ ਕਲਿੱਕ ਕਰ ਲਈ, ਮੈਨੂੰ ਨਾਲ ਦਾ ਕਹਿੰਦਾ ਜਾਂ ਟਿਕਟ ਨਹੀਂ ਸੀ, ਇੰਗਲਿਸ਼ ਦੱਬ ਲੈਂਦਾ। ਮੈਂ ਕਿਹਾ ਬੇਸਿਕਲੀ ਇੱਕ ਤਰ੍ਹਾਂ ਦਾ ਸਰਵੇ ਵੀ ਹੈ, ਸਰਵੇ ਆ ਬਿਲਕੁਲ, ਉਹ ਦੇਖਣਗੇ ਪੰਜਾਬੀ ਨੂੰ ਕਿੰਨੇ ਲੋਕਾਂ ਨੇ ਟੱਚ ਕੀਤਾ। ਬਿਲਕੁਲ ਐਗਜੈਕਟਲੀ, ਉਹ ਹੀ ਅਸੀਂ ਇਨਕਰੇਜ ਕਰ ਰਹੇ ਹਾਂ। ਜੇ ਤੁਸੀਂ ਟਰੈਵਲ ਕਰਦੇ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਦੇ ਥਰੂ ਆਉਂਦੇ ਆ ਜਾਂ ਜਾਂਦੇ ਆ, ਉਹਨਾਂ ਨੂੰ ਜਿਹੜਾ ਕੋਈ ਮਿਲਦਾ ਤੁਹਾਨੂੰ ਕਹੋ ਵੀ ਪੰਜਾਬੀ 'ਚ ਵੀ ਸਾਨੀਆਂ ਲਾਓ, ਪੰਜਾਬੀ 'ਚ ਵੀ ਸਾਨੂੰ ਸਰਵਿਸ ਦਿਓ। ਸੋ ਜਿੰਨਾ ਚਿਰ ਤੁਸੀਂ ਮੰਗਦੇ ਨਹੀਂ ਉਹਨਾਂ 'ਚ ਮਿਲਣੀ ਨਹੀਂ। ਬਿਲਕੁਲ, ਮਾਂ ਵੀ ਦੁੱਧ ਕਈ ਵਾਰੀ ਨਹੀਂ ਦਿੰਦੀ ਜਿੰਨੇ ਬੱਚਾ ਦੀ। ਬਿਲਕੁਲ, ਸਿੰਘੜਾ ਸਾਹਿਬ ਲਗਭਗ ਆਪਣੇ ਕੋਲ ਆਖਰੀ ਮਿੰਟ ਕ 30 ਸੈਕਿੰਡ ਹੀ ਰਹਿ ਗਏ ਆ ਜੀ। ਹਾਂਜੀ, ਸੋ ਇੱਕ ਵਾਰੀ ਫਿਰ ਦੱਸ ਦਿਓ ਆਪਣਾ ਪ੍ਰੋਗਰਾਮ ਕਦੋਂ ਤੇ ਕਿੱਥੇ। ਹਾਂਜੀ, ਇਹ ਪ੍ਰੋਗਰਾਮ ਦਵਿੰਦਰ ਹੈਗਾ ਆਪਣੇ ਐਤਵਾਰ, ਸੰਡੇ ਐਤਵਾਰ 16 ਜੁਲਾਈ ਨੂੰ, ਅਤੇ 10 ਵਜੇ ਕੀਰਤਨ ਸਟਾਰਟ ਹੋ ਜਾਣਾ, 10:30 ਵਜੇ ਨੈਸ਼ਨਲ ਐਂਥਮ ਆਪਣਾ ਅਰਦਾਸ ਅਤੇ ਨੈਸ਼ਨਲ ਐਂਥਮ, ਅਤੇ ਉਸ ਤੋਂ ਬਾਅਦ ਕੇਕ ਕੱਟਣਾ, ਉਸ ਤੋਂ ਬਾਅਦ ਦੀਵਾਨ ਹਾਲ ਵਿੱਚ ਅਪਰ ਸਟੇਅਰ ਪ੍ਰੋਗਰਾਮ ਆ, ਔਰ ਕਾਫੀ ਸਾਡੇ ਪਤਵੰਤੇ ਸੱਜਣ ਆਏ ਆ, ਔਰ ਮੈਂ ਤੁਹਾਡੇ ਥਰੂ ਆਪਣੀ ਸਾਰੀ ਕਮਿਊਨਿਟੀ ਨੂੰ ਸੱਦਾ ਦਿੰਦਾ ਕਿ ਆਓ ਸਾਡੇ ਨਾਲ ਇਸ ਸ਼ੁਭ ਮੌਕੇ 'ਤੇ ਸ਼ਾਮਿਲ ਹੋ ਕੇ ਰੌਣਕ ਨੂੰ ਵਧਾਓ ਜੀ। ਸੰਗੜਾ ਸਾਹਿਬ, ਸਾਡੀਆਂ ਸ਼ੁਭ ਇਸ਼ਾਵਾਂ ਤੁਹਾਡੇ ਨਾਲ ਨੇ ਜੀ, ਕੈਨੇਡਾ ਦੀਆਂ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ, ਧੰਨਵਾਦ ਬਹੁਤ। ਦੋਸਤੋ, ਇਹ ਸਨ ਬਲਵੰਤ ਸੰਗੇੜਾ, ਜਿਨ੍ਹਾਂ ਨੇ ਆਉਣ ਵਾਲੇ ਪ੍ਰੋਗਰਾਮ ਦੇ ਮੁਤਾਲਕ ਅਤੇ ਕੈਨੇਡਾ ਦੇ ਇਤਿਹਾਸ ਦੇ ਉੱਤੇ ਸੰਖੇਪ ਝਾਤ ਮਾਰੀ ਹੈ। ਉਮੀਦ ਨਹੀਂ, ਯਕੀਨ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਅੱਜ ਦੇ ਸਮੇਂ ਦੀ ਇੱਥੇ ਹੀ ਸਮਾਪਤੀ ਹੋਣ ਜਾ ਰਹੀ ਹੈ। ਜਾਣ ਤੋਂ ਪਹਿਲਾਂ ਕਹਿਣਾ ਚਾਹੁੰਦਾ ਹੈ, ਜ਼ਿੰਦਗੀ ਜ਼ਿੰਦਾਦਲੀ ਦਾ ਨਾਮ ਹੈ। ਤੁਸੀਂ ਵੇਖਦੇ ਰਹੋ ਤੁਹਾਡਾ ਆਪਣਾ, ਤੁਹਾਡੇ ਲਈ ਪ੍ਰਾਈਮ ਏਸ਼ੀਆ ਟੈਲੀਵਿਜ਼ਨ।